ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਆ ਜੀ ਚੈਨਲ ਤੇ ਵੀਡੀਓ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਮੋਗੇ ਅੱਜ ਦੀ ਵੀਡੀਓ ਚ ਕੋਈ ਗੁਰਬਾਣੀ ਦੀ ਵਿਚਾਰ ਨਹੀਂ ਕਰਾਂਗੇ ਇਹ ਉਹਨਾਂ ਵੀਡੀਓ ਚ ਇੱਕ ਆ ਜਿਹੜੀਆਂ ਮੈਂ ਆਪਣੇ ਆਪ ਨਾਲ ਬਹੁਤ ਲੜਾਈ ਕਰਨ ਦੇ ਮਗਰੋਂ ਜਿਹੜੀਆਂ ਵੀਡੀਓ ਬਣਾਉਣ ਦਾ ਫੈਸਲਾ ਕਰਦਾ ਆ ਠੀਕ ਆ ਜੀ ਆਪ ਆਪਣੇ ਆਪ ਨੂੰ ਇਹ ਵੀਡੀਓ ਬਣਾਉਣ ਲਈ ਮਨਾਉਣ ਚ ਇੰਨਾ ਦੇਰ ਤਾਂ ਲੱਗ ਗਈ ਕਿਉਂਕਿ ਵਿਸ਼ਾ ਇਸ ਤਰ੍ਹਾਂ ਦਾ ਆਇਆ ਲੱਗਾ ਵੀ ਯਾਰ ਇਹ ਕਿਸੇ ਨਿੰਦਿਆ ਚ ਤਾਂ ਨਹੀਂ ਆਜੂਗਾ ਹੈ ਪਰ ਫੇ ਇਹ ਬਾਅਦ ਤੁਸੀਂ ਦੱਸਣਾ ਇਹ ਤੇ ਗੱਲ ਕਰਨ ਜੋਗ ਸੀ ਜਾਂ ਨਹੀਂ ਮੈਂ ਤਾਂ ਅਖੀਰ ਇਹੀ ਲੱਗਾ ਤੁਸੀਂ ਦੇਖੋਗੇ ਕਿ ਮਸਲਾ ਜਿਹੜਾ ਮਸਲਾ ਕਹੋ ਜਾਂ ਕੁਝ ਵੀ ਆ ਜਿਹੜਾ ਹੈ ਜਿਹਦੇ ਬਾਰੇ ਬੋਲ ਰਿਆਂ ਥੋੜਾ ਪਿੱਛੇ ਰਹਿ ਗਿਆ ਆ ਇਹ ਮਤਲਬ ਕਿ ਕਰੰਟ ਚ ਨਹੀਂ ਇਹ ਚੱਲਦਾ ਪਿਆ ਤੁਸੀਂ ਦੇਖੋ ਕਿਉਂਕਿ ਅੱਜ ਕੱਲ 4 ਦਿਨਾਂ ਅੱਜ ਤਾਂ ਗੱਲ ਕੋਈ ਪੁਰਾਣੀ ਹੋ ਜਾਂਦੀ ਆ ਸੋਸ਼ਲ ਮੀਡੀਆ ਤੇ ਤੁਸੀਂ ਕਹੋਗੇ ਤਾਂ ਗੱਲ ਹੁਣ ਪੁਰਾਣੀ ਹੋ ਗਈ ਛੇੜੀ ਪੁਰਾਣੀ ਵੀ ਨਹੀਂ ਕਿ ਆ ਕੁਝ ਦਿਨਾਂ ਦੀ ਗੱਲ ਆ ਆ ਭਾਈ ਸਾਹਿਬ ਹੁਣੀ ਜਿਹੜੇ ਕਿ ਕੀਰਤਨ ਕਰਦੇ ਸੀ ਹੁਣ ਫਿਰ ਭਾਈ ਸਾਹਿਬ ਦੇ ਕਹਿਣ ਮੁਤਾਬਕ ਕੀਰਤਨ ਨੇ ਉਹਨਾਂ ਦਾ ਨੁਕਸਾਨ ਕਰਤਾ ਬੜਾ ਵੱਡਾ ਤੇ ਉਹ ਉਹਨਾਂ ਨੇ ਫੈਸਲਾ ਕਰ ਲਿਆ ਵੀ ਇਸ ਕੰਮ ਨੇ ਨੁਕਸਾਨ ਕਰਤਾ ਇਹਨੂੰ ਛੱਡ ਦਿਓ ਤੇ ਆਪਣਾ ਹੋਰ ਹਨਾ ਤਾਂ ਫਿਰ ਦੁੱਖ ਬੜਾ ਲੱਗ ਪਹਿਲੀ ਵਾਰ ਵਾਕਿਆ ਹੀ ਸੱਚੀ ਜਿਹੜੇ ਜਿਆ ਤੁਹਾਨੂੰ ਇਦਾਂ ਹੀ ਨਹੀਂ ਕਹਿਣ ਮਾਤਰ ਹਿੱਟ ਕਰਦੀਆਂ ਨਾ ਦੁੱਖ ਲੱਗਦਾ ਦਿਲੋਂ ਖੁਦ ਗੁਰੂ ਜਪ ਦਾ ਸ਼ੂਟਾ ਜੇ ਕੀਰਤਨੀਆਂ ਹੋਣ ਦੇ ਨਾਲ ਤੇ ਇੰਨਾ ਦੁੱਖ ਲੱਗਾ ਇਨਾ ਜਿੰਨਾ ਕੋ ਹੈ ਅਸੀਂ ਵੀ ਕੀਰਤਨ ਨੂੰ ਪ੍ਰੇਮ ਕਰਦੇ ਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜਾ ਵੀ ਕੀਰਤਨੀ ਆਇਆ ਕਰਦਾ ਪ੍ਰੇਮ ਕਰਦਾ ਜਿਹੜੀ ਚੀਜ਼ ਨੂੰ ਥੋੜਾ ਪਿਆਰ ਕਰਦੇ ਹੋ ਤੁਸੀਂ ਜਿਹੜੀ ਚੀਜ਼ ਦੀ ਤੁਹਾਡੇ ਤੇ ਕਿਰਪਾ ਹੋਵੇ ਜਿਹਦੀ ਮਿਹਰ ਨਾਲ ਤੁਹਾਡਾ ਮਤਲਬ ਜ਼ਿੰਦਗੀ ਚੱਲ ਰਹੀ ਹੋਵੇ ਨਾ ਇਨਾ ਲੋਕ ਲੋਕਾਂ 'ਚ ਤੁਸੀਂ ਜਾਣੇ ਜਾਂਦੇ ਹੋ ਚਾਰ ਲੋਕ ਜਾਣਦੇ ਹੋਣ ਪਿਆਰ ਕਰਦੇ ਹੋਣ ਉਹਨੂੰ ਕੋਈ ਮਾੜਾ ਕਵੇ ਤੇ ਬੁਰਾ ਤਾਂ ਲੱਗਦਾ ਹੀ ਆ ਤੇ ਇਹ ਭਾਈ ਸਾਹਿਬ ਦੀ ਵੀਡੀਓ ਸਭ ਨੇ ਦੇਖੀ ਦੁੱਖ ਉਹਦਾ ਵੀ ਲੱਗਾ ਉਹਦਾ ਵੀ ਲੱਗਾ ਜਿਹੜੇ ਥੱਲੇ ਅੰਨੇ ਵਾ ਇਹਨਾਂ ਦੀ ਸਪੋਰਟ ਵਿੱਚ ਕੀ ਕਰ ਰਹੇ ਸੀਗੇ ਕਮੈਂਟ ਬਜਾਏ ਇਹਦੀ ਅਸਲੀਅਤ ਦੇਖਣ ਦੇ ਠੀਕ ਆ ਝੂਠ ਨਹੀਂ ਸੀ ਬੋਲ ਰਹੇ ਪਰ ਉਹਨਾਂ ਦਾ ਕੀਰਤਨ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਗਲਤ ਸੀਗਾ ਠੀਕ ਆ ਤੁਹਾਨੂੰ ਕੀਰਤਨ ਨਹੀਂ ਰਾਸ ਆਇਆ ਹੋਗਾ ਭਾਈ ਸਾਹਿਬ ਜੀ ਨਹੀਂ ਰਾਸ ਆਇਆ ਹੋਗਾ ਜ਼ਰੂਰੀ ਨਹੀਂ ਹਰ ਚੀਜ਼ ਹਰ ਕਿਸੇ ਲਈ ਹੋਵੇ ਜੋ ਹਰ ਕਿਸੇ ਨੂੰ ਰਾਸ ਆਵੇ ਤੁਹਾਨੂੰ ਨਹੀਂ ਆਇਆ ਤੁਸੀਂ ਪਿੱਛੇ हट ਜਾਂਦੇ ਤੋਂ ਉਸ ਸਤਕਾਰ ਨੂੰ ਕਾਇਮ ਰੱਖਦੇ ਹੋਏ ਤੁਹਾਡੀ ਸ਼ਬਦਾਵਲੀ ਜਿਹੜੀ ਉਹ ਸਹੀ ਨਹੀਂ ਸੀਗੀ ਸਹੀ ਹੋਣੀ ਚਾਹੀਦੀ ਉਹਦੀ ਚੋਣ ਕਿਸੇ ਚੀਜ਼ ਨੂੰ ਰਿਜੈਕਟ ਵੀ ਕਰਨਾ ਆ ਤੁਸੀਂ ਕਿਸੇ ਚੀਜ਼ ਤੋਂ ਪਾਸੇ ਵੇਟਣਾ ਆ ਤੁਸੀਂ ਹਟ ਰਹੇ ਆ ਪਾਸੇ ਹੋਰ ਲੱਖਾਂ ਜਿਹੜੇ ਉਹਨਾਂ ਜੁੜੇ ਹੋਏ ਆ ਠੀਕ ਆ ਨਾ ਉਹਨਾਂ ਨੂੰ ਤੁਹਾਡੀ ਗੱਲ ਦੁੱਖ ਦਿੰਦੀ ਆ ਫਰੀਦ ਸਾਹਿਬ ਦੇ ਅਖੀਰ ਤੇ ਸ਼ਲੋਕ ਆ ਉਹਨਾਂ ਦੇ ਸ਼ਲੋਕ ਸਮਾਪਤ ਪਤਾ ਕਿੱਥੇ ਹੁੰਦੇ ਆ ਉਹ ਕਹਿੰਦੇ ਸਭਨਾ ਮਨ ਮਾਨਖ ਠੀਕ ਆ ਨਾ ਕਹਿੰਦੇ ਸਾਰਿਆਂ ਦੇ ਅੰਦਰ ਆ ਉਹ ਰੱਬ ਬੈਠਾ ਉਹ ਉਹ ਕਹਿੰਦੇ ਆ ਕਿ ਠਾਹਣ ਮੂਲ ਮਚਾਂਗਵਾ ਇਹ ਚਲੋ ਪਹਿ ਗਈ ਤਾਂ ਪੰਜਾਬੀ ਆ ਪਰ ਪਿੱਛੇ ਛੋਟੀ ਦੀ ਪੰਜਾਬੀ ਆ ਪਾਕਿਸਤਾਨ ਚ ਇਹ ਪੰਜਾਬੀ ਦਾ ਝਲਕਾਰਾ ਮਿਲ ਜਾਊਗਾ ਤੇ ਉਹ ਉਹ ਕਹਿੰਦੇ ਵੀ ਜੇ ਤਉ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ ਕਹਿੰਦੇ ਕਿਸੇ ਦਾ ਦਿਲ ਨਾ ਤੁਖਾਵੇਂ ਜਿਉ ਉਸ ਰੱਬ ਦੀ ਸਿੱਖ ਤਾਂ ਮੇਰਾ ਸਿੱਧਾ ਦਿਲ ਦੁਖਿਆ ਇਹ ਗੱਲ ਸੁਣ ਕੇ ਉਹਨਾਂ ਨੇ ਕਿਹਾ ਕਿ ਕੀਰਤਨ ਦੇ ਬੜੇ ਉਹਨਾਂ ਨੇ ਸ਼ਰਾਰਤੀ ਕੇ ਢੰਗ ਨਾਲ ਕਿਹਾ ਇੱਕ ਬੰਦਾ ਹੁੰਦਾ ਨਾ ਇੱਕ ਹਾਸਾ ਸਾਡਾ ਸ਼ਰਾਰਤੀ ਜਿਆ ਟੈਕਸ਼ੀਆ ਕਰਦਾ ਹੱਸਾ ਨਜ਼ਰਾਂ ਕਿ ਕੀਰਤਨ ਮੇਰਾ ਤਲਾਕ ਕਰਵਾਤਾ ਅਗਲੇ ਅਗਲਾ ਵੀ ਸਵਾਦ ਲੈ ਰਿਹਾ ਕਿਉਂਕਿ ਅਗਲੇ ਨੇ ਸਵਾਦ ਲੈਣਾ ਜੀ ਅੱਜ ਹਰ ਕੋਈ ਕਿਸੇ ਦੀਆਂ ਗੱਲਾਂ ਦੇ ਕਿਸੇ ਦੀ ਜ਼ਿੰਦਗੀ ਦੇ ਸਵਾਦ ਲੈਣ ਨੂੰ ਚੈਨਲ ਖੋਲ ਕੇ ਬੈਠਾ ਆ ਪੱਤਰਕਾਰ ਬਣੀ ਬੈਠਾ ਹਰ ਹਰ ਕੋਈ ਉਹਨਾਂ ਨੂੰ ਨਹੀਂ ਪਤਾ ਕਿ ਇਹਨੂੰ ਸਜਣਾ ਕਿ ਇਹਨੂੰ ਨਹੀਂ ਗੁਰਦੀਪ ਗਰੇਵਾਲ ਦੀ ਪੋਡਕਾਸਟ ਉਹਦਾ ਉਹ ਬਹੁਤ ਸੁਲਜੀ ਹੋਈ ਉਹ ਪੱਤਰਕਾਰ ਐਂਕਰ ਤੂੰ ਅਨਮੋਲ ਕਵਾਤਰਾ ਨਾਲ ਉਹਨਾਂ ਦਾ ਰੀਸੈਂਟਲੀ ਪੋਡਕਾਸਟ ਆ ਉਹਦੇ ਚ ਉਹਨੇ ਕਿਹਾ ਕਿ ਜੇ ਹਰ ਕੋਈ ਜਿਹਦੇ ਕੋਲ ਕੈਮਰਾ ਆ ਫੋਨ ਆ ਜਾਂ ਮਾਈਕ ਆ ਉਹ ਪੱਤਰਕਾਰ ਸਮਝ ਬੈਠਾ ਆਪਣੇ ਆਪ ਨੂੰ ਇਹ ਇਹ ਟਰੈਜਡੀ ਆ ਇਹ ਤਰਾਸ ਦੀ ਆ ਤਾਂ ਇਦਾਂ ਦੇ ਪੱਤਰਕਾਰ ਵੀ ਇਦਾਂ ਦੇ ਬੰਦਿਆਂ ਨੂੰ ਸੱਦਦੇ ਆ ਜਿਨ੍ਹਾਂ ਦੀ ਕੋਈ ਦੇਣ ਤਾਂ ਨਹੀਂ ਹੈ ਨੀ ਜਿਹੜੇ ਉਲਟਾ ਕੀਰਤਨ ਵਰਗੀ ਦਾਤ ਨੂੰ ਨਿੰਦ ਰਹੇ ਆ ਕੇ ਕੀ ਦੇਣਾ ਤੁਹਾਡਾ ਮਕਸਦ ਚਾਹੀਦਾ ਉਹ ਕਹਿੰਦੇ ਕਿਸੇ ਨੂੰ ਸੱਦਣ ਨੂੰ ਕਿ ਮੈਂ ਘੰਟਾ ਡੇਢ ਤੋਂ 2 ਘੰਟੇ ਆਪਣੇ ਵੀ ਖਰਾਬ ਕਰਨੇ ਆ ਇਹਦੇ ਵੀ ਹਨਾ ਤੇ ਉਹ ਉਹ ਕੁਝ ਉਹਦਾ ਸੁਨੇਹਾ ਜਾਵੇ ਕੋਈ ਸਿੱਖੇ ਉਹਦੇ ਕੋਲੋਂ ਕੁਝ ਹੁਣ ਉਹ ਗੱਲ ਬਿਲਕੁਲ ਸਹੀ ਸੀ ਇੱਥੇ ਇਦਾਂ ਹੀ ਹੋਇਆ ਉਹਨਾਂ ਨੇ ਸਾਧ ਲਿਆ ਇਹਨਾਂ ਨੂੰ ਫਿਰ ਇੱਕ ਦੂਜੇ ਨਾਲ ਦੇਖ ਕੇ ਸਾਰੇ ਟੁੱਟ ਕੇ ਪੈ ਜਾਂਦੇ ਜਿੱਦਾਂ ਕਿਤੇ ਕੋਈ ਸ਼ਿਕਾਰ ਨਹੀਂ ਮੰਨ ਲਓ ਇੱਕ ਮਾਰ ਲਿਆ ਹੁੰਦਾ ਤਾਂ ਇੱਲਾਂ ਉਹਦੇ ਦੁਆਲੇ ਪੈ ਜਾਂਦੀਆਂ ਵੀ ਖਾ ਕੇ ਬਗਿਆੜ ਥੋੜਾ ਜਿਹਾ ਛੱਡ ਗਿਆ ਉੱਥੇ ਇੱਲਾਂ ਕਿੱਦਾਂ ਪੈ ਜਾਂਦੀਆਂ ਫੇ ਉਹ ਦੇਖਦੇ ਫੇ ਹੋਰ ਉਹ ਤੋਂ ਛੋਟੇ ਪੰਛੀ ਪੈ ਜਾਂਦੇ ਬਾਅਦ ਐਨ ਪਿੰਜਰ ਕੱਢ ਦਿੰਦੇ ਇਦਾਂ ਹੀ ਅੱਜ ਕੱਲ ਹੋ ਰਿਹਾ ਜਿਹੜੇ ਇੱਕ ਨੂੰ ਕਿਸੇ ਨੂੰ ਫੜ ਲੈਂਦਾ ਕੋਈ ਐਂਕਰ ਉਹ ਬਸ ਸਾਰੇ ਟੁੱਟ ਕੇ ਉਧਰ ਨੂੰ ਦੂਜਾ ਤੀਜਾ ਉਹ ਉਹ ਸੋਨੂ ਸਿੱਧੇ ਵਾਲੇ ਵਰਗਿਆਂ ਦੇ ਦੁਆਲੇ ਹੋਏ ਪਤਾ ਨਹੀਂ ਉਹ ਚੋ ਕਿਹੜਾ ਸੱਚਾ ਕਿਹੜਾ ਖਿੱਚ-ਕਿੱਚ ਕਿਹਨਾਂ ਨੇ ਬਾਹਰ ਕੱਢਣਾ ਆ ਕਿਹੜਾ ਕਿਹੜੀ ਸਾਈਕੋਲੋਜੀ ਆ ਕਿਹੜੀ ਸੋਨੂ ਸੀਤੋ ਵਾਲੇ ਦੇ ਦਿਮਾਗ 'ਚ ਫਸੀ ਆ ਤਾਂ ਇਹਨਾਂ ਨੇ ਕੱਢਣੀ ਖੈਰ ਉਧਰ ਨੂੰ ਚਲਾ ਗਿਆ ਤਾਂ ਇਦਾਂ ਹੀ ਇਦਾਂ ਦੀ ਕੁਝ ਇਹ ਇੰਟਰਵਿਊ ਮੈਨੂੰ ਲੱਗੀ ਇਹਨਾਂ ਭਾਈ ਸਾਹਿਬ ਨੇ ਗੱਲ ਤੇ ਆਉਨੇ ਆ ਕਹਤਾ ਕਿ ਕੀਰਤਨ ਨੇ ਮੇਰਾ ਤਲਾਕ ਕਰਵਾ ਦਿੱਤਾ ਨੁਕਸਾਨ ਕਰਾ ਦਿੱਤਾ ਹੁਣ ਮੈਂ ਖੁਦ ਕੀਰਤਨੀਆਂ ਆ ਸਾਰੇ ਕੀਰਤਨ ਕਰਨ ਵਾਲਿਆਂ ਨੂੰ ਦੁੱਖ ਲੱਗਾ ਹੋਊਗਾ ਤਾਂ ਮੈਨੂੰ ਤਾਂ ਬਹੁਤ ਲੱਗਾ ਪਰਸਨਲ ਤੌਰ ਤੇ ਕਿਉਂਕਿ ਮੈਂ ਕੀਰਤਨ ਨੂੰ ਇਹਨਾਂ ਦੀ ਨਜ਼ਰ ਨਾਲ ਨਹੀਂ ਦੇਖਦਾ ਮੈਨੂੰ ਵਿਰਾਸਤ 'ਚ ਹੀ ਮਿਲਿਆ ਕੀਰਤਨ ਵਿਰਾਸ ਇਹ ਸਤਕਾਰ ਉਹਦਾ ਬਰਾਸਤ ਜਿ ਮਿਲਿਆ ਕਿ ਕੀਰਤਨ ਕਰਨਾ ਸੁਣਾਉਣਾ ਜਿਸ ਉਹਨਾਂ ਬਾਅਦ ਦੀ ਗੱਲ ਆ ਕੀਰਤਨ ਹੈ ਕੀ ਆ ਇਹਦਾ ਦਰਜਾ ਕੀ ਆ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਸਾਨੂੰ ਸ਼ਬਦਾਵਲੀ ਸਾਡੀ ਕੀ ਹੋਣੀ ਚਾਹੀਦੀ ਆ ਇਹਨੂੰ ਕਿੱਥੇ ਰੱਖਣਾ ਆਪਾਂ ਨੇ ਜ਼ਿੰਦਗੀ 'ਚ ਇਹ ਪਤਾ ਹੋਣਾ ਚਾਹੀਦਾ ਤੇ ਮੈਨੂੰ ਲੱਗਾ ਕਿ ਭਾਈ ਸਾਹਿਬ ਤੁਸੀਂ ਅੱਜ ਛੱਡ ਰਹੇ ਆ ਠੀਕ ਆ ਕੀਰਤਨ ਨੂੰ ਤੁਸੀਂ ਤਲਾਂਜੀ ਦੇ ਰਹੇ ਆ ਤਲਾਂਜ ਲਈ ਤੁਸੀਂ ਇਹ ਨਾ ਇਹਨਾਂ ਸ਼ਬਦਾਂ ਨਾਲ ਤਾਂ ਨਾ ਦਿਓ ਮੇਰਾ ਤਲਾਕ ਕਰਾ ਤ ਤੁਸੀਂ ਛੱਡ ਰਹੇ ਆ ਲੱਖਾਂ ਹੋਰ ਆ ਜਿਹੜੇ ਕਰ ਰਹੇ ਆ ਤਾਂ ਰੋਜ਼ ਇੱਧਰ ਨੂੰ ਤੁਰ ਰਹੇ ਆ ਰੋਜ਼ ਬੱਚਿਆਂ ਨੂੰ ਲੈ ਕੇ ਮਾਪੇ ਜਾ ਰਹੇ ਆਕੈਡਮੀਆ ਚ ਕਈ ਕਈ ਮੀਲ ਚੱਲ ਕੇ ਕਿਰਤਨ ਆ ਜਾਵੇ ਉਹਨਾਂ ਨੂੰ ਉਹਨਾਂ ਚ ਬਹੁਤਿਆਂ ਨੇ ਜ਼ਿੰਦਗੀ ਭਰ ਨਹੀਂ ਉਹ ਪ੍ਰੋਫੈਸ਼ਨਲ ਚ ਨਹੀਂ ਜਾਣਾ ਉਹ ਕਹਿੰਦੇ ਵੀ ਅਸੀਂ ਵੈਸੇ ਹੀ ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਮਹਾਰਾ ਦੀ ਖੁਸ਼ੀ ਲੈਣ ਲਈ ਸਵੇਰ ਸ਼ਾਮ ਘਰੇ ਬੈਠ ਕੇ ਬਹੁਤ ਆ ਜਿਹੜੇ ਬੱਚੇ ਜਿਹਨਾਂ ਨੂੰ ਕੀਰਤਨ ਕਰਦੇ ਘਰੇ ਬੈਠ ਕੇ ਕਰਦੇ ਆ ਉਹਨਾਂ ਨੇ ਪੇਟਾਂ ਨਹੀਂ ਲੈਣੀ ਹੁੰਦੀ ਕਿਸੇ ਤੋਂ ਤੁਸੀਂ ਦੇਖਦੇ ਵੀ ਉਹਨਾਂ ਦੇ ਦਿਲਾਂ ਤੇ ਕੀ ਸੱਟ ਵੱਜੀ ਹੋਊਗੀ ਠੀਕ ਆ ਨਾਲੇ ਤੁਸੀਂ ਪਿੱਛੇ ਹਟਣਾ ਚੁੱਪ ਕਰਕੇ ਹਟ ਜਾਓ ਅੱਜ ਤੁਸੀਂ ਹਟ ਰਹੇ ਆ ਤੁਸੀਂ ਇਹ ਦੇਖੋ ਕਿ ਪਿੱਛੇ ਕਿੰਨੇ ਸਾਲ ਕੀਰਤਨ ਨੇ ਤੁਹਾਨੂੰ ਪਾਲਿਆ ਹੋਊਗਾ ਸਾਡੇ ਪਰਿਵਾਰ ਨੂੰ ਕਿੰਨਾ ਕੁ ਜਊਗਾ ਜਿਹੜਾ ਤੁਹਾਨੂੰ ਕੀਰਤਨ ਨਹੀਂ ਦਿੱਤਾ ਹੋਊਗਾ ਉਹ ਤੁਸੀਂ ਭੁੱਲ ਰਹੇ ਤੇ ਸਭ ਤੋਂ ਵੱਡੀ ਦੁੱਖ ਕਿਹੜੀ ਗੱਲ ਨੇ ਦਿੱਤਾ ਉਹ ਇਸ ਨੇ ਦਿੱਤਾ ਕਿ ਦੇਖੋ ਪਹਿਲੀ ਗੱਲ ਇਹ ਇਹਦੇ ਬਹੁਤ ਪਾਕਾ ਮੈਂ ਫੇਰ ਵੀ ਛੇਤੀ ਗੱਲ ਸਮੇਟਣ ਦੀ ਕੋਸ਼ਿਸ਼ ਕਰਾਂਗਾ ਮੈਂ ਅਕਸਰ ਕਹਿੰਨਾ ਤੇ ਮੇਰੀ ਇੱਕ ਸਮੱਸਿਆ ਆ ਕਿ ਮੇਰੇ ਤੋਂ ਗੱਲ ਛੇਤੀ ਸਮੇਟ ਨਹੀਂ ਹੁੰਦੀ ਮੇਰੇ ਤੋਂ ਵਿਸਥਾਰ ਹੋ ਜਾਂਦਾ ਹੁੰਦਾ ਤਾਂ ਕਿਹਨਾਂ ਠੀਕ ਆ ਜੀ ਤੋਂ ਉਹਦੇ ਵਿੱਚ ਇਹ ਗੱਲ ਸੀ ਕਿ ਹੁਣ ਵਿਆਹ ਸ਼ਾਦੀਆਂ ਅਟੈਂਡ ਕਰਦੇ ਆਪਾਂ ਹਨਾ ਆਨੰਦ ਕਾਰਜ ਚਲੋ ਜਿਨ੍ਹਾਂ ਦੇ ਹੋਏ ਵੀ ਹੋਣਗੇ ਤਾਂ ਜਾਂ ਕਿਸੇ ਦੇ ਆਪਾਂ ਵਿਆਹ ਇੰਨੇ ਜ਼ਿੰਦਗੀ 'ਚ ਦੇਖਦੇ ਆ ਉੱਥੇ ਹੁਣ ਗੁਰਮਤਿ ਮਰਯਾਦਾ ਅਨੁਸਾਰ ਵਿਆਹ sire ਕਿੱਦਾਂ ਚੜਦਾ ਸਿੱਖਾਂ ਦਾ ਕੀਰਤਨ ਦੇ ਨਾਲ ਲਾਵਾਂ ਦੇ ਲਾਵਾਂ ਆ ਕੀਰਤਨ ਰੂਪ ਵਿੱਚ ਪੜੀਆਂ ਜਾਂਦੀਆਂ ਸਿੱਖ ਦਾ ਵਿਆਹ ਕੀਰਤਨ ਜੋੜਦਾ ਉਹਨਾਂ ਨੂੰ ਕੀਰਤਨ ਦੇ ਨਾਲ ਹੁੰਦਾ ਆ ਵਿਆਹ ਇਹ ਪਹਿਲੇ ਜਿਹੜੇ ਕਹਿ ਰਹੇ ਕਿ ਕੀਰਤਨ ਨੇ ਮੇਰਾ ਤਲਾਕ ਕਰਵਾ ਦਿੱਤਾ ਕੀਰਤਨ ਨਾਲ ਵਿਆਹ ਹੁੰਦੇ ਤਾਂ ਬਹੁਤ ਦੇਖੇ ਕੀਰਤਨ ਨੇ ਤਲਾਕ ਕਰਵਾ ਦਿੱਤਾ ਇਹ ਗੱਲ ਗੱਲ ਤੋਂ ਥੱਲੇ ਨਹੀਂ ਉਤਰੀ ਹਜਮ ਨਹੀਂ ਹੋਈ ਠੀਕ ਹੈ ਨਾ ਇਸ ਕਰਕੇ ਵੀਡੀਓ ਬਣਾਉਣੀ ਪੈਗੀ ਦੂਜੀ ਗੱਲ ਯਾਰ ਤੁਸਾਂ ਨੂੰ ਪਤਾ ਹੋਣਾ ਚਾਹੀਦਾ ਸੀ ਮੈਂ ਕੇਸ ਵਸਤੂ ਦੇ ਬਾਰੇ ਗੱਲ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੱਲ ਚਲਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਹਿਰਦੇ 'ਚ ਛਾਤੀ ਮਾਰਦੇ ਆ ਥੋੜੀ ਕੋਸ਼ਿਸ਼ ਕਰਦੇ ਆ ਮਹਾਰਾਜ ਗੁਰੂ ਸਾਹਿਬ ਇਹਨੂੰ ਕਿੱਦਾਂ ਦੇਖਦੇ ਆ ਜਿਹੜੀ ਵਸਤੂ ਭਾਈ ਸਾਹਿਬ ਕਹਿੰਦੇ ਮੇਰਾ ਜਿੰਨੇ ਘਰ ਬਰਬਾਦ ਕਰਤਾ ਗੁਰੂ ਗ੍ਰੰਥ ਸਾਹਿਬ ਦਾ ਨਜ਼ਰੀਆ ਕੀ ਕੁਝ ਪੰਕਤੀਆਂ ਲਵਾਂਗੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਲੋ ਜੀਵਨ ਤੇ ਆ ਜਾਂਦੇ ਆ ਘਰੋਂ ਤੁਰੇ ਮਹਾਰਾਜ ਠੀਕ ਆ ਕਾਰ ਕੀਤੀ ਉਹਨਾਂ ਨੇ ਚਲੋ ਮੋਦੀਖਾਨੇ ਸੰਸਾਰ ਨੂੰ ਦੱਸਿਆ ਦੁਕਾਨ ਵੀ ਕਿੱਦਾਂ ਚਲਾਉਣੀ ਆ ਵਪਾਰ ਵੀ ਕਿੱਦਾਂ ਕਰਨਾ ਆ ਡੰਗਰ ਵੀ ਚਾਰਦਿਆਂ ਰੱਬ ਨੂੰ ਚੇਤੇ ਰੱਖਿਆ ਜਾ ਸਕਦਾ ਸੱਚ ਦੇ ਨਾਲ ਲੋਕ ਕਹਿੰਦੇ ਸੱਚ ਬੋਲ ਕੇ ਦੁਕਾਨ ਨਹੀਂ ਹੋ ਸਕਦੀ ਆ ਨਹੀਂ ਹੋ ਸਕਦਾ ਵਪਾਰ ਨਹੀਂ ਹੁੰਦਾ ਜੀ ਕਹਿੰਦੇ ਨੇ ਥੋੜਾ ਬਹੁਤ ਝੂਠ ਬੋਲਣਾ ਪੈਂਦਾ ਮਹਾਰਾਜ ਨੇ ਸਾਰਾ ਕੁਝ ਵਪਾਰ ਵੀ ਦੁਕਾਨ ਵੀ ਇਵਨ ਡੰਗਰ ਕਹਿੰਦੇ ਇਹਨੂੰ ਕੁਝ ਨਹੀਂ ਹੁੰਦਾ ਡੰਗਰ ਚਾਰਲਾ ਉਹ ਵੀ ਕਰਕੇ ਦਿਖਾਇਆ ਫਿਰ ਅਖੀਰ ਅਖੀਰਲੇ 18 17 18 ਸਾਲ ਕਰਤਾਰਪੁਰ ਸਾਹਿਬ ਕੇ ਹਾਲ ਵੀ ਵਾੜੇ ਕੁਝ ਇਹਦੇ ਵਿੱਚ ਹੀ ਆ ਜਾਂਦਾ ਦੁਨੀਆ ਆ ਚਾਰਾਂ ਕੰਮਾਂ ਵਿੱਚੀ ਸਾਰੀ ਆਉਂਦੀ ਹੈ ਖੈਰ ਜਿਹੜੇ ਤੁਰੇ ਉਥੋਂ ਅਸਲ ਕਾਰਜ ਲਈ ਤੁਰੇ ਜਿਹੜੇ ਕੰਮ ਆਏ ਸੀ ਮੈਂ ਪਹਿਲਾਂ ਵੀ ਕਿਸੇ ਵੀਡੀਓ ਜਿਕਰ ਕਰ ਚੁੱਕਾ ਵੀ ਇੱਕ ਸੱਜਣ ਨੂੰ ਨਾਲ ਲਿਆ ਉਹ ਕੋਈ ਗੁਰੂ ਸਾਹਿਬ ਨੇ ਇਹ ਨਹੀਂ ਦੇਖਿਆ ਕਿ ਕੋਈ ਨਾਲ ਆਪਣੇ ਵੈਦ ਨੂੰ ਲੈ ਲਈਏ ਕੋਈ ਵੀ ਸਰੀਰ ਨੂੰ ਕੋਈ ਸਮੱਸਿਆ ਆ ਜਾਏ ਤਾਂ ਇਲਾਜ ਕਰ ਦੇਵੇ ਸਾਡਾ ਕਿਸੇ ਵੈਦ ਨੂੰ ਲੈ ਲਈ ਨਹੀਂ ਕੋਈ ਬਾਬਰ ਚੀ ਲੈ ਲਈਏ ਨਾਲ ਰਸੋਈਆ ਹੁੰਦਾ ਖਾਣਾ ਬਣਾਉਣ ਜਾਣ ਦਾ ਵੀ ਕਿਤੇ ਕੁੱਕ ਲਗੇ ਪਕਵਾਨ ਬਣਾ ਕੇ ਪ੍ਰਸ਼ਾਦਾ ਸਾਨੂੰ ਬਣਾ ਕੇ ਸ਼ਿਕਾ ਦੇਊਗਾ ਕੋਈ ਮਾਲਸ਼ੀਆਂ ਨਹੀਂ ਲੈ ਲਿਆ ਵੀ ਕਿਤੇ ਰੱਖੇ ਹੁੰਦੇ ਸੀ ਪਹਿਲਾਂ ਆਮ ਹੀ ਲੋਕਾਂ ਨੇ ਤਕੜਿਆਂ ਨੇ ਕਿਉਂਕਿ ਗੁਰੂ ਸਾਹਿਬ ਜੀ ਘਰੋਂ ਵੀ ਮਹਾਰਾਜ ਦੁਨੀਆਵੀ ਤੌਰ ਤੇ ਵੀ ਬੜੇ ਤਕੜੇ ਸਿਗੇ ਪਟਵਾਰੀ ਸਿਗੇ ਉਦਾਂ ਦਾ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਆ ਨਾ ਦੁਨੀਆ ਦਾ ਅਜ ਤੌਰ ਤੇ ਕਹਿੰਨਾ ਰੱਜੇ ਪੁੱਜੇ ਸਨ ਕਿ ਕੋਈ ਉਹ ਲੈ ਲੀਏ ਜਿਹੜਾ ਰਸਤੇ ਦੀ ਥਕਾਨ ਥਕਾਵਟ ਵਜ੍ਹਾ ਲੋਕ ਰੱਖਦੇ ਸੀ ਆਪਣੇ ਸਾਨੂੰ ਘੁੱਟ ਦੱਬ ਘੁੱਟ ਦੇਊਗਾ ਸਾਡੇ ਮੋਢੇ ਘੁੱਟ ਦੇਊਗਾ ਸਾਡੇ ਨਾ ਸਰੀਰ ਨੂੰ ਥੋੜੀ ਜਿਹੜੀ ਖੇਚਲ ਆ ਉਹ ਉਹ ਦੂਰ ਕਰ ਦੇਊਗਾ ਕੋਈ ਮਹਾਰਾਜ ਨੇ ਕਵੀ ਨਹੀਂ ਲੈ ਲਿਆ ਲੋਕ ਕਵੀਆਂ ਨੂੰ ਪਹਿਲਾਂ ਰੱਖਦੇ ਸੀ ਮਨੋਰੰਜਨ ਦੇ ਹੀ ਸਾਧਨ ਸੀਗੀ ਸਾਡਾ ਮਨੋਰੰਜਨ ਕਰ ਦੋ ਕਵਿਤਾ ਸੁਣਾ ਕੇ ਕਿਹਨੂੰ ਇੱਕ ਬੰਦੇ ਨੂੰ ਨਾਲ ਲਿਆ ਤੁਸੀਂ ਸਾਰਿਆਂ ਨੂੰ ਪਤਾ ਕਿਹਨੂੰ ਲਿਆ ਕੀਰਤਨੀਆਂ ਨੂੰ ਲਿਆ ਕੀਰਤਨੀਆਂ ਨੂੰ ਕਿਉਂ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਉਹ ਕਹਿੰਦੇ ਹਰ ਚੀਜ਼ ਬਿਨਾ ਗੁਜ਼ਾਰਾ ਹੋ ਸਕਦਾ ਸਭ ਕੁਝ ਦੇ ਬਿਨਾ ਸਰਦਾ ਇੱਕ ਵਸਤੂ ਹੈ ਵਾਰ-ਵਾਰ ਜਨਮ ਸਾਖਰੀ ਜੇ ਕਰਊਗਾ ਜਿੱਥੇ ਗੁਰੂ ਸਾਹਿਬ ਕਹਿੰਦੇ ਮੇਰਾ ਸਰਦਾ ਨਹੀਂ ਇਹਦੇ ਬਿਨਾ ਗੁਰੂ ਨਾਨਕ ਸੱਚੇ ਪਾਸ਼ਾ ਆਪ ਨਰਾਇਣ ਕਲਾ ਧਾਰ ਉਹ ਉਹਨਾਂ ਦਾ ਵੀ ਕਿਸੇ ਚੀਜ਼ ਬਿਨਾ ਸਰਦਾ ਨਹੀਂਗਾ ਹਾਂ ਉਹ ਕੀਰਤਨ ਆ ਜਿਹਦੇ ਬਾਰੇ ਭਾਈ ਸਾਹਿਬ ਨੇ ਕਿਹਾ ਕਿ ਮੇਰਾ ਤਲਾਕ ਕਰਾਤਾ ਨੇ ਕੀਰਤਨ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਨਾ ਪ੍ਰੇਮ ਵਿੱਚ ਗਿਆਨੀ ਪਿੰਦਰਪਾਲ ਜੀ ਅਕਸਰ ਜ਼ਿਕਰ ਕਰਦੇ ਆ ਇੱਕ ਕਹਿੰਦੇ ਪਿਆਰ ਵਿੱਚ ਹੀ ਭਾਈ ਬਾਲਾ ਜੀ ਕਹਿੰਦੇ ਆ ਜਦੋਂ ਕੋਡਾ ਰਾਖਸ਼ ਦੀ ਸਾਖੀ ਹੁੰਦੀ ਕਹਿੰਦੇ ਵੀ ਬਾਬਾ ਮਹਾਰਾਜ ਕਹਿੰਦੇ ਮਰਦਾਨਾ ਜੀ ਮੁਸੀਬਤ ਚ ਫਸ ਗਿਆ ਯਾਦ ਕਰਦੇ ਆ ਚਲੋ ਚਲਿਏ ਉਹਨਾਂ ਦੀ ਸਾਰ ਲਈਓ ਕਹਿੰਦੇ ਬਾਬਾ ਰਹਿਣ ਦੇ ਕਹਿੰਦੇ ਉਸ ਦਿਨ ਮਹਾਰਾਣੀ ਰੁਕਿਆ ਸੀ ਉਹਨਾਂ ਨੂੰ ਇਹ ਪਿਆਰ ਦੀ ਮਹਾਰਾਜੀ ਲੀਲਾ ਹੁੰਦੀ ਉਹਨਾਂ ਨੇ ਕਿਸੇ ਦਾ ਭਲਾ ਕਰਨਾ ਹੁੰਦਾ ਸੀ ਕਹਿੰਦੇ ਬਾਬਾ ਮਰਦਾਨਾ ਜੀ ਰੁਕੇ ਨਹੀਂ ਕਿਉਂਕਿ ਭੁੱਖ ਵੀ ਉਦੋਂ ਹੀ ਲੱਗਦੀ ਸੀ ਜਦੋਂ ਕਿਸੇ ਦਾ ਭਲਾ ਕਰਨਾ ਹੁੰਦਾ ਸੀ ਤੇ ਕਹਿੰਦੇ ਬਾਬਾ ਜੀ ਤੁਹਾਡਾ ਬਚਨ ਤਾਂ ਮੰਨਿਆ ਨਹੀਂ ਮਰਦਾਨਾ ਜੀ ਨੇ ਇਹਨਾਂ ਨੂੰ ਫਸਿਆ ਹੀ ਰਹਿਣ ਦਿਓ ਅੱਜ ਤੁਸੀਂ ਪਿਆਰ ਨਾਲ ਕਹਿੰਦੇ ਆਸਾ ਖੇਡਾ ਕਰ ਲੈਂਦੇ ਸੀ ਮਹਾਰਾਣੀ ਨਾਲ ਅਸੀਂ ਤਾਂ ਹੋਰ ਤਰ੍ਹਾਂ ਦੇ ਬਣਾ ਕੇ ਪੇਸ਼ ਕਰਤਾ ਨਾ ਉਹ ਹੱਸਦੇ ਖੇਡਦੇ ਹੀ ਇਹ ਜੀਵਨ ਦਾ ਸਫ਼ਰ ਉਹਨਾਂ ਨੇ ਕੀਤਾ ਮਹਾਰਾਜ ਮੁਸਕਰਾ ਕੇ ਕਹਿੰਦੇ ਕਹਿੰਦੇ ਬਾਲਿਆ ਰਹਿਣ ਦਈਏ ਕਹਿੰਦੇ ਮਹਾਰਾਜ ਰਹਿਣ ਦਿ ਮਾਰਾ ਕਹਿੰਦੇ ਭਾਈ ਰਹਿਣ ਦਿੰਨੇ ਆ ਕਹਿੰਦੇ ਆ ਸੋਦਰ ਦਾ ਟਾਈਮ ਹੋ ਜਾਣਾ ਜਰਕ ਨੂੰ ਵਕਤ ਸੋਦਰ ਦਾ ਹੋਣਾ ਰਬਾਬ ਪਈ ਆ ਇੱਥੇ ਉਹਦੀ ਕਹਿੰਦੇ ਤੂੰ ਰਬਾਬ ਵਜਾਏਂਗਾ ਮੇਰੇ ਨਾਲ ਕੀਰਤਨ ਵਿੱਚ ਸਾਥ ਦੇਂਗਾ ਕੀਰਤਨ ਕਰੇਂਗਾ ਸੋਦਰ ਦਾ ਫੇਰ ਕਹਿੰਦੇ ਰਹਿਣ ਦਿੰਨੇ ਉਹਨੂੰ ਉਹ ਫੇ ਖਮੋਸ਼ ਹੋ ਗਏ ਮਾਰਾ ਕਹਿੰਦੇ ਭਾਈ ਚੱਲ ਉੱਠ ਚਲੀਏ ਸਾਡਾ ਮਰਦਾਨਾ ਬਿਨਾ ਸਰਦਾ ਨਹੀਂ ਮੇਰਾ ਗੁਜ਼ਾਰਾ ਨਹੀਂ ਧੰਨ ਬਾਬਾ ਮਰਦਾਨਾ ਜੀ ਤੁਹਾਨੂੰ ਕੀਰਤਨ ਜਿਹਦੇ ਬਿਨਾ ਗੁਰੂ ਨਾਨਕ ਦਾ ਨਹੀਂ ਸਰਦਾ ਪਿਆ ਤੇ ਪਰ ਸਾਡੇ ਭਾਈ ਸਾਹਿਬ ਦਾ ਨੁਕਸਾਨ ਕਰਦਾ ਉਸ ਕੀਰਤਨ ਨੇ ਆ ਦੁੱਖ ਲੱਗਾ ਮੈਨੂੰ ਤਾਂ ਰੋਲਾ ਆ ਰਿਹਾ ਇਸ ਵੇਲੇ ਵੀ ਉਹ ਭਾਈ ਸਾਹਿਬ ਤੁਸੀਂ ਪਿੱਛੇ हट ਜਾਂਦੇ ਯਾਰੋ ਤੁਸੀਂ ਕੀਰਤਨ ਬਾਰੇ ਇਦਾਂ ਨਹੀਂ ਸੀ ਕਹਿਣਾ ਚਾਹੀਦਾ ਤੁਹਾਨੂੰ ਕੋਈ ਮਹਾਂਪੁਰਖ ਤਾਂ ਯਾਰੋ ਜੀਵਨ ਚੱਕ ਕੇ ਦੇਖ ਲਓ ਬਾਬਾ ਨਨ ਸਿੰਘ ਮਹਾਰਾਜ ਦਾ ਬਾਬਾ ਅਤਰ ਸਿੰਘ ਜੀ ਸਾਡੇ ਲਾਗੇ ਬਾਬਾ ਹਰਨਾਮ ਸਿੰਘ ਜੀ ਉਹ ਸਾਰੇ ਮਹਾਂਪੁਰਖ ਕਿਦਾਂ ਤੜਫ ਲੱਗਦੀ ਹੈ ਉਹਨਾਂ ਨੂੰ ਭੁੱਖ ਲੱਗਦੀ ਕੀਰਤਨ ਦੀ ਇਕਦਮ ਅਸੀਂ ਕਹਿੰਨਾ ਨਾ ਖੋ ਪੈਂਦੀ ਢਿੱਡ ਚ ਚੂਏ ਨੱਚਦੇ ਉਹ ਕੀਰਤਨ ਦੇ ਬਿਨਾ ਉਹ ਕਹਿੰਦੇ ਜਾਨ ਨਿਕਲਦੀ ਜਾਂਦੀ ਸਾਡੀ ਘੰਟਿਆਂ ਬੱਧੀ ਕੀਰਤਨ ਅਤੀਤ ਰਾਤ ਨੂੰ ਬਾਬਾ ਜੀ ਨੇ ਇੱਕ ਵਾਰੀ ਉੱਥੇ ਬੜੀ ਲੇਟ ਸਮਾਪਤੀ ਹੁੰਦੀ ਸੀ ਨਾਨਕ ਸਰ ਬਾਬਾ ਜੀ ਦੇ ਟਾਈਮ ਵੀ 10 11 ਬਜਾਂ ਦੇ ਸੀ ਕੀਰਤਨ ਰਾਜੀ ਨਹੀਂ ਹੋਣਾ ਸੁਣ ਸੁਣ ਰਾਗੀ ਸਿੰਘਾ ਵਿਚਾਰਾ ਦੀ ਬੱਸ ਹੋਣੀ ਫੇਰ ਕਈ ਵਾਰ ਬਾਬਾ ਜੀ ਨੇ ਰਾਤ ਨੂੰ 1:3 2 ਵਜੇ ਉਹ ਜੇ ਲੰਮੇ ਹੀ ਪਏ ਹੋਣੇ ਠਾਲ ਲੈਣਾ ਕੀ ਭੁੱਖ ਲੱਗੀ ਕੀਰਤਨ ਦੀ ਆਓ ਮਤਲਬ ਖੋਪੇਂਦੀ ਜਾਂਦੀ ਮੈਂ ਬਾਬਾ ਜੀ ਤੇ ਵੀਡੀਓ ਕੀਤੀ ਸੀ ਬ੍ਰਹਮ ਗਿਆਨੀ ਵਾਲੀ ਬਾਬਾ ਹਰਚਰਨ ਸਿੰਘ ਜੀ ਤੇ ਪਿੱਛੇ ਵੀਡੀਓ ਹੋਣੀ ਪਈ ਕਿ ਅੱਜ ਵੀ ਬ੍ਰਹਮ ਗਿਆਨੀ ਹੈਗੇ ਉਹ ਮਹਾਪੁਰਖਾਂ ਦੀ ਜੇ ਕਰਨ ਕਰਨ ਲੱਗਾ ਫੇਰ ਤਾਂ ਉਹ ਬਹੁਤ ਲੰਬੀ ਚੱਲ ਜਾਣੀ ਅਸੀਂ ਦੇਖਿਆ ਉਹਨਾਂ ਨੂੰ ਜਿਨ੍ਹਾਂ ਦੇਖਿਆ ਜਾਣਦੇ ਕਿਦਾਂ ਕੀਰਤਨ ਦਾ ਰੂਪ ਹੋ ਗਏ ਕੀਰਤਨ ਦੀ ਕਿਦਾਂ ਖੋਪੈਂਦੀ ਹੈ ਤੜਪ ਉੱਠਦੀ ਹੈ ਕੀਰਤਨ ਦੀ ਵੀ ਆਏ ਮਰ ਚਲੇ ਕੀਰਤਨ ਦੇ ਬਿਨਾ ਹੁਣੇ ਬਲਾਉ ਰਾਗੀ ਸਿੰਘ ਨੂੰ ਹੁਣੇ ਜਾਂ ਦੌੜੇ ਜਾਂਦੇ ਆ ਜਦੋਂ ਦੇਖਿਆ ਭਾਈ ਸਤਵਿੰਦਰ ਸਿੰਘ ਉਹਨਾਂ ਨੂੰ ਇੱਧਰ ਰੇਡੀਓ ਤੇ ਸੁਣਿਆ ਵੀ ਉਹ ਹਜੇ ਹਾਜ਼ਰੀ ਸ਼ੁਰੂ ਹੋ ਰਹੀ ਸੀ ਉਹਨਾਂ ਦੀ ਹਾਜ਼ਰੀ ਹੈ ਤਾਂ ਇੰਨਾ ਇੱਥੋਂ ਨੱਪਿਆ ਸਕੂਟਰ ਤੇ ਬਹੁਤ ਸਫ਼ਰ ਕੀਤਾ ਉਹਨਾਂ ਨੇ ਵੀ ਜਾ ਕੇ ਸਮਾਪਤੀ ਹੁੰਦੀ ਸੀ ਉਹਨਾਂ ਦੀ ਜਦ ਨੂੰ ਦਰਬਾਰ ਸਾਹਿਬ ਜਾ ਪਹੁੰਚੇ 80 90 ਕਿਲੋਮੀਟਰ ਹੋਣਾ ਇੱਥੋਂ ਤਾਂ ਉਸ ਲਾਂ ਨੂੰ ਦੇਖ ਲੋ ਵੀ ਇੱਧਰ ਦੀ ਦਰਬਾਰ ਸਾਹਿਬ ਚ ਲੱਗਿਆ ਇੱਥੋਂ ਪਤਾ ਲੱਗਾ ਵੀ ਭਾਈ ਸੁਰਿੰਦਰ ਸਿੰਘ ਨੇ ਕੀਰਤਨ ਕਰਨ ਲੱਗਿਆ ਦਰਬਾਰ ਸਾਹਿਬ ਇਦਾਂ ਦੀ ਤੜਫ ਕਿੱਥੇ ਪਤਾ ਲੱਗਣਾ ਵੀ ਰਾਗੀ ਸਿੰਘ ਆ ਜਿੱਥੇ ਆਵਾਜ਼ ਆਉਣ ਦੀ ਲਾਗੇ ਪਿੰਡ ਚੋਂ ਚੱਕਣਾ ਸਾਈਕਲ ਭਾਈ ਗੁਰਮukh ਸਿੰਘ ਹੁਣੀ ਸੀਗੇ ਕਤਾਲਾ ਚ ਟਾਂ ਵਾਲੇ ਉਦੋਂ ਬਹੁਤ ਪੁਰਾਣੀਆਂ ਗੱਲਾਂ 30 ਸਾਲ ਪੁਰਾਣੀਆਂ ਜਿੱਥੇ ਕਿਤੇ ਉਹਨਾਂ ਨੇ ਕੀਰਤਨ ਕਰਨਾ ਮਗਰੇ ਦੌੜ ਜਾਣਾ ਭਾਈ ਜਰਨੇਲ ਸਿੰਘ ਜੀ ਕੈਨੇਡਾ ਵਾਲੀ ਇਹ ਵੀਡੀਓ ਦੇਖਦੇ ਹੋਣ ਅੱਜ ਬਹੁਤ ਸਾਲਾਂ ਤੋਂ ਕੈਨੇਡਾ ਚ ਹੀ 25 ਸਾਲਾਂ ਤੋਂ ਭਾਈ ਸਾਹਿਬ ਕੀਰਤਨ ਜਦੋਂ ਕਰਦੇ ਸੀ ਤਾਂ ਬਾਬਾ ਜੀ ਉਹਨਾਂ ਦੇ ਮਗਰ ਸਕੂਟਰ ਤੇ ਬਹਿ ਕੇ ਜਿੱਥੇ ਉਹਨਾਂ ਨੇ ਕੀਰਤਨ ਕਰਨਾ ਬਾਜਾ ਫੜ ਕੇ ਮਗਰ ਬਹਿ ਗਿਆ ਨਾ ਕੀਰਤਨ ਦੀ ਭੁੱਖ ਪ੍ਰੋਗਰਾਮ ਅਗਲੇ ਦਾ ਬਾਬਾ ਜੀ ਨੂੰ ਸੱਦਿਆ ਨਹੀਂ ਅਗਲੇ ਨੇ ਬੰਦਾ ਕਹਿ ਦਿੰਦਾ ਇੱਥੇ ਅਸੀਂ ਤਾਂ ਕਿ ਯਾਰ ਇਹਨੇ ਸੱਦਿਆ ਹੀ ਨਹੀਂ ਉੱਧੇ ਨਾ ਕਿਤੇ ਅਗਲਾ ਕਹੇ ਹਨਾ ਬੰਦਾ ਉਧਰ ਲੰਘਣ ਤੋਂ ਵੀ ਡਰਦਾ ਮਹਾਂਪੁਰਖ ਨਹੀਂ ਕਹਿੰਦੇ ਕੀਰਤਨ ਦੀ ਭੁੱਖ ਆ ਕੋਈ ਕਹਦਾ ਭਾਵੇਂ ਆ ਬਿਨਾਂ ਸੱਦਿਆ ਸਾਡੇ ਆ ਗਏ ਬਸ ਕੀਰਤਨ ਬਿਨਾਂ ਨਹੀਂ ਰਿਹਾ ਜਾਂਦਾ ਇਦਾਂ ਹੀ ਗੁਰੂ ਸਾਹਿਬ ਵੀ ਕੀਰਤਨ ਬਿਨਾਂ ਨਹੀਂ ਰਹਿੰਦੇ ਇੱਕੋ ਹੀ ਉਦਾਹਰਨ ਆ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਰਾਗੀ ਸਿੰਘ ਇੱਕ ਜੀਵਨ ਤੋਂ ਮੈਂ ਨਾ ਨਹੀਂ ਲੈਂਦਾ ਥੋੜਾ ਡਿੱਗ ਗਏ ਸੀਗੇ ਬਾਬਾ ਨਾਨਕ ਸਿੰਘ ਦੇ ਜੀਵਨ ਚੋਂ ਦਾ ਜੇਕਰ ਜੀਵਨ ਤੋਂ ਥੋੜਾ ਡਿੱਗ ਪਏ ਬੇਸ਼ਵਾਗਾਮੀ ਹੋ ਗਏ ਸੀ ਜਦ ਚਲੋ ਬੰਦਾ ਭੁੱਲਣ ਹਾਰਾ ਫਿਰ ਵੀ ਮਹਾਪੁਰਖਾਂ ਨੇ ਬਖਸ਼ਿਆ ਉਹ ਵਾਪਸ ਆਏ ਬਾਅਦ ਚ ਬੜੀ ਵੱਡੀ ਹਸਤੀ ਹੋਏ ਉਹ ਤਾਂ ਉਹ ਬਾਬਾ ਜੀ ਨੇ ਉਹਨਾਂ ਨੂੰ ਚਲੋ ਤਾੜਨਾ ਵੀ ਕੀਤੀ ਪਿਆਰ ਚ ਪਰ ਬਾਅਦ ਵਿੱਚ ਫਿਰ ਕੀਰਤਨ ਦੀ ਤੜਫ ਕਹਿਣ ਕੀਰਤਨ ਸੁਣਾ ਬਾਬਾ ਜੀ ਕਹਿੰਦੇ ਤੂੰ ਜੇ ਤੇਰਾ ਜੀਵਨ ਤੋਂ ਡਿਗਣ ਨੂੰ ਵੀ ਜੀ ਕਰਦਾ ਨਾ ਤੂੰ ਕਿਸੇ ਤਰ੍ਹਾਂ ਸਾਡੇ ਕੋ ਰਹਿ ਕਹਿੰਦੇ ਤੂੰ ਬੇਸ਼ਵਾਗਾਮੀ ਵੀ ਹੋਣਾ ਤਾਂ ਹੋ ਇੰਨੇ ਤੇਰਾ ਤਾਂ ਵੀ ਗੁਰੂ ਨਾਨਕ ਦੇ ਘਰ ਚ ਬੇਨਤੀਆਂ ਕਰਕੇ ਨਾ ਤੇਰਾ ਲੇਖਾ ਪੜਵਾਵਾ ਦੇਵਾਂਗੇ ਕਹਿੰਦੇ ਇਹ ਪਾਪ ਵੀ ਆਪਣੇ ਸਿਰ ਝੱਲ ਲਵਾਂਗੇ ਤੂੰ ਕੀਰਤਨ ਸੁਣਾ ਸਾਨੂੰ। ਓ ਵਾਹ ਵਾਹ। ਮੈਂ ਕਹਿੰਨਾ ਭਾਈ ਸਾਹਿਬ ਜੀ ਨੇ ਕਿੰਨਾ ਕੀਰਤਨ ਦੇ ਬਾਰੇ ਇਹ ਸ਼ਬਦ ਹੱਸਦਿਆਂ ਹੋਇਆ ਟੀਚਰ ਦੇ ਰੂਪ ਵਿੱਚ ਇਦਾਂ ਪੋਡਕਾਸਟ ਤੇ ਬਹਿ ਕੇ ਕਰ ਤੇ ਕੁਝ ਵਿਊ ਖਾਤਰ ਥੋੜਾ ਲੋਕਾਂ ਦੇ ਸਾਹਮਣੇ ਆਉਣ ਲਈ ਭਾਈ ਸਾਹਿਬ ਜਿਹੜੇ ਕੀਰਤਨ ਨੂੰ ਤੁਸੀਂ ਕਰਦੇ ਰਹੇ ਜਾਂ ਤੁਸੀਂ ਕਰਦੇ ਕਿਦਾਂ ਇੰਨਾ ਚਿਹਰਿਆਂ ਨੂੰ ਸ਼ੁਗਲ ਚ ਕਰਦੇ ਰਹੇ। ਭਾਈ ਸੁਧ ਸਿੰਘ ਜੀ ਮੈਂ ਨਾਮ ਭੁੱਲਾ ਨਾ ਮੈਨੂੰ ਵੈਸੇ ਮੈਂ ਕੌਨਫੀਡੈਂਟ ਆ ਗਿਆਨੀ ਪਿੰਦਰਪਾਲ ਜੀ ਅਕਸਰ ਜ਼ਿਕਰ ਕਰਦੇ ਆ ਭਾਈ ਸੋਧ ਸਿੰਘ ਜੀ ਜਿਹੜੇ ਕਹਿੰਦੇ ਦਰਬਾਰ ਸਾਹਿਬ ਕੀਰਤਨ ਕਰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਵੇਲੇ ਘਰ ਵਿੱਚ ਕਹਿੰਦੇ ਰੋਟੀ ਵੀ ਦੋ ਵੇਲੇ ਮਾਲਕ ਦੀ ਖੇੜ ਐ ਸੀ ਸੀਗੀ ਔਖੀ ਹੋ ਜਾਂਦੀ ਸੀ ਪੱਕਣੀ ਕਈ ਵਾਰੀ ਤੇ ਬਸ ਫਾਕੇ ਜਿਗੇ ਤਾਂ ਕੀਰਤਨ ਦੇ ਵਿੱਚ ਰੰਗੀ ਹੋਈ ਰੂਹ ਸੀ ਰੰਗੀ ਹੋਈ ਹਿੰਟਿਆਂ ਬੱਧੀ ਕੀਰਤਨ ਉਦਾਂ ਹੀ ਕਰਦੇ ਰਹਿੰਦੇ ਸੀ ਬਿਨਾਂ ਹੀ ਸੰਗਤ ਦੇ ਬੈਠਿਆਂ ਗੁਰੂ ਸਾਹਿਬ ਨੂੰ ਸੁਣਾਦੇ ਸੀ ਤੋਂ ਕਿਸੇ ਦੱਸਿਆ ਮਹਾਰਾਜਾ ਰਣਜੀਤ ਸਿੰਘ ਨੂੰ ਤੁਹਾਡੇ ਰਾਜ ਵਿੱਚ ਗੁਰੂ ਕਾ ਕੀਰਤਨੀਆਂ ਤਾਂ ਇਦਾਂ ਰੋਟੀ ਵੀ ਨਹੀਂ ਪੱਕਦੀ ਉਹਦੇ ਘਰ ਮਹਾਰਾਜਾ ਸਾਹਿਬ ਧਨ ਮੋਹਰਾਂ ਲੈ ਕੇ ਉਹਨਾਂ ਦੇ ਦਰਵਾਜ਼ੇ ਤੇ ਆਏ ਸੀ ਇਤਿਹਾਸ ਆ ਕਹਿੰਦੇ ਆਇਆ ਮੈਂ ਖੋਲੋ ਪਤਾ ਲੱਗਾ ਵੀ ਮਹਾਰਾਜਾ ਬਾਹਰ ਖੜਾ ਬੰਦਾ ਸਤਕਾਰ ਨਾਲ ਮਹਾਰਾਜਾ ਦਾ ਬਹੁਤ ਸਤਕਾਰ ਹੁੰਦਾ ਸੀ ਦਰਵਾਜ਼ਾ ਨਹੀਂ ਗੁਰੂ ਕੇ ਸਿੱਖ ਨੇ ਖੋਲਿਆ ਕਹਿੰਦੇ ਮਾਇਆ ਦੇਣ ਆਇਆ ਜੀ ਉਹਨਾਂ ਨੇ ਪਿਆਰ ਨਾਲ ਕਿਹਾ ਕਹਿੰਦੇ ਨਹੀਂ ਜੀ ਮਹਾਰਾਜਾ ਸਾਹਿਬ ਸਤਕਾਰ ਆ ਤੁਹਾਡਾ ਪਰ ਮੈਂ ਦਰਵਾਜ਼ਾ ਨਹੀਂ ਖੋਲ ਸਕਦਾ ਕਿਉਂ ਇਹਦੇ ਜੀ ਮੈਨੂੰ ਕੁਝ ਨਹੀਂ ਚਾਹੀਦਾ ਤੁਹਾਡਾ ਸ਼ੁਕਰਾਨਾ ਮੈਨੂੰ ਨਹੀਂ ਚਾਹੀਦਾ ਕਿਉਂ ਕਹਿੰਦੇ ਇਨੇ ਮਹਾਰਾਜ ਮੈਂ ਜਿਹਦੇ ਘਰ ਦਾ ਕੀਰਤਨੀਆ ਨਾ ਠੀਕ ਆ ਕਹਿੰਦੇ ਰੋਟੀ ਨਹੀਂ ਪੱਕਦੀ ਕੋਈ ਨਹੀਂ ਕਹਿੰਦੇ ਮੈਂ ਜਿਹਦੇ ਘਰ ਦਾ ਕੀਰਤਨੀਆ ਨਾ ਗੁਰੂ ਰਾਮਦਾਸ ਉਹ ਸੱਚਾ ਪਾਤਸ਼ਾਹ ਆ ਰਾਜਿਆਂ ਦਾ ਰਾਜਾ ਸੋਡੀ ਸੁਲਤਾਨ ਉਹਦਾ ਦਿੱਤਾ ਕਹਿੰਦੇ ਬਹੁਤ ਕੋਸ਼ਕ ਅੰਦਰੋਂ ਕਿਉਂਕਿ ਰੱਜ ਗਏ ਕਹਿੰਦੇ ਉਹਨੇ ਕੀਰਤਨ ਦਿੱਤਾ ਉਹਨੇ ਕੁਝ ਲਕੋ ਕੇ ਨਹੀਂ ਰੱਖਿਆ ਕਹਿੰਦੇ ਜੋ ਲੋੜ ਹੋਏ ਉਹਦੇ ਕੋਲੋਂ ਮੰਗ ਲਾਂਗਾ ਉਹਦੇ ਘਰੋਂ ਪੂਰੀਆਂ ਹੁੰਦੀਆਂ ਸਭ ਤੁਹਾਡਾ ਧੰਨਵਾਦ ਤੁਸੀਂ ਕਹਿੰਦੇ ਮੈਂ ਕੁਝ ਨਹੀਂ ਲੈਣਾ ਮਹਾਰਾਜਾ ਸਹਿਬ ਉਹਦੇ ਚਰਨਾਂ ਤੇ ਨਮਸਕਾਰ ਉੱਥੋਂ ਕਰਕੇ ਕਹਿੰਦੇ ਨਮਸਕਾਰ ਆ ਭਾਈ ਤੈਨੂੰ ਮੁੜਿਆਈ ਸੀਗੇ ਜਿਨ੍ਹਾਂ ਨੇ ਕੀਰਤਨ ਨੂੰ ਪ ਇਥੇ ਬੋਲੀ ਜਾਵਾਂ ਇਥੇ ਰਾਤ ਭਾਵੇਂ ਪੈ ਜਾਏ ਕਿ ਕੀਰਤਨ ਦੀਆਂ ਗੱਲਾਂ ਯਾਰ ਉਹ ਕੀਰਤਨ ਦੀ ਬਖਸ਼ਿਸ਼ ਨਹੀਂ ਨਹੀਂ ਬਹੁਤ ਦੁਖ ਲੋਗੇ ਤੇ ਭਾਵੇਂ ਦੋ ਤਿੰਨ ਪਾਰਟ ਬਣ ਜਾਣ ਵੀਡੀਓ ਦੇ ਪਰ ਮੈਂ ਕੋਸ਼ਿਸ਼ ਫੇ ਵੀ ਕਰੂੰਗਾ ਥੋੜਾ ਬਹੁਤ ਮੇਰੇ ਅੰਦਰ ਬਹੁਤ ਗੱਲਾਂ ਆਏ ਆ ਇਹਦੇ ਬਾਰੇ ਕੀਰਤਨ ਤਾਂ ਮੈਨੂੰ ਸਭ ਕੁਝ ਦਿੱਤਾ ਉਹ ਸਾਡੇ ਸਾਹਮਣੇ ਹੀ ਬੈਠਾ ਅਸੀਂ ਕੀਰਤਨ ਦੇ ਕਰਕੇ ਹੀ ਬੈਠੇ ਆ ਕੀਰਤਨ ਨਹੀਂ ਸਾਨੂੰ ਸਭ ਕੁਝ ਤਾਂ ਹੀ ਰੋਲੇ ਖੋਲੇ ਸੀ ਸਾਡੇ ਪਿਤਾ ਜੀ ਖੁਦ ਤੁਸੀਂ ਹੁਣ ਦੇਖ ਲਿਓ ਮਜ਼ਦੂਰੀਆਂ ਕਰਦੇ ਸੀ ਉਹ ਉਹ 5-5 ਰੁਪਏ ਤੇ ਲਿਫਾਫੇ ਭਰਦੇ ਰਹੇ ਲਿਫਾਫੇ ਭਰ ਦਿੰਦੇ ਨੇ ਮਜ਼ਦੂਰ ਪਨੀਰੀਆਂ ਲਾਉਣ ਵਾਸਤੇ ਸੜਕ 5 ਰੁਪਏ ਦਿਹਾੜੀ ਤੇ ਉਹ ਕਹਿੰਦੇ 4-500 ਲਫਾਫਾ ਰੋਜ਼ ਭਰਦਾ ਸੀਗਾ ਮੈਂ ਕਿਸੇ ਜ਼ਮਾਨੇ ਉਹਨਾਂ ਨੇ ਇੱਟਾਂ ਲੱਦੀਆਂ ਪੱਠਿਆਂ ਦੇ ਠੀਕ ਆ ਦਿਹਾੜੀਆਂ ਕੀਤੀਆਂ ਇਹਦੇ ਵਿੱਚੋਂ ਪਤਾ ਕਿੰਨੇ ਕੱਢਿਆ ਸਾਨੂੰ ਇਸ ਦਲਦਲ ਚੋਂ ਕੀਰਤਨ ਨੇ ਅੱਜ ਇੱਥੇ ਕੀ ਰਚਨਾ ਲੱਗੀ ਆ ਤੁਹਾਨੂੰ ਦਿਖਾ ਦੂੰਗਾ ਕਿਤੇ ਮੈਂ ਉਦਾਂ ਸ਼ੁਰੂ-ਸ਼ੁਰੂ ਚ ਵੈਸੇ ਵੀਡੀਓ ਪਾਈ ਸੀ ਮੈਂ ਹੋਮ ਟੂਰ ਲਿਖਿਆ ਇੱਥੇ ਸ਼ੁਰੂ-ਸ਼ੁਰੂ ਥੱਲੇ ਚਲ ਜਿਓ ਚੈਨਲ ਦੇ ਤੇ ਹੋਣੀ ਭਈ ਉਦੋਂ ਮੈਂ ਇਦਾਂ ਗੁਰਮਤਿਵਾਰੇ ਵੀਡੀਓ ਨਹੀਂ ਪਾਉਂਦਾ ਸੀ ਉਹ ਸਾਰਾ ਸਥਾਨ ਦਿਖਾਇਆ ਹੈ ਕੀਰਤਨ ਚੋਂ ਨਿਕਲੇ ਆਏ ਸਥਾਨ ਸਾਰਾ ਕਿੱਥੇ ਕਿੱਥੇ ਤੱਕ ਕੈਨੇਡਾ ਤੱਕ ਹੋ ਗਏ 3-4 ਵਾਰੀ ਸੰਗਤ ਇੰਨਾ ਖਿੱਚਦੀ ਸੀ ਤੇ ਕੌਣ ਕੌਣ ਨੇ ਜੀ ਕਿੱਥੇ ਕਿੱਥੇ ਤੱਕ ਨਹੀਂ ਗੁਰੂ ਸਾਹਿਬ ਨੇ ਬਖਸ਼ੀਆਂ ਕੀਤੀਆਂ ਕੀਰਤਨ ਦੇ ਨਾਲ ਯਾਰੋ ਸ਼ਬਦ ਦੇ ਨਾਲ ਭਾਈ ਬਲਬੀਰ ਸਿੰਘ ਦੀ ਇੰਟਰਵਿਊ YouTube ਤੇ ਡਾਕਟਰ ਗੁਰਨਾਮ ਸਿੰਘ ਜੀ ਨੇ ਕੀਤੀ ਆ ਗੁਰਮਤ ਸੰਗੀਤ ਵਿਭਾਗ ਦੇ ਮੁਖੀ ਪਟਿਆਲਾ ਯੂਨੀਵਰਸਿਟੀ ਪੰਜਾਬੀ ਦੇ ਵਿੱਚ ਉਹਨਾਂ ਨੇ ਕੀਤੀ ਆ ਭਾਈ ਬਲਬੀਰ ਸਿੰਘ ਜੀ ਸ਼੍ਰੋਮਣੀ ਰਾਗੀ ਜਿਹੜੇ ਸੱਚਖੰਡ ਧਿਆਨਾਂ ਕਰਕੇ ਪਿਛਲੇ ਸਮੇਂ ਚ ਸੁਣਿਓ ਕਿਦਾਂ ਰੋਟੀ ਰੋਟੀ ਕਹਿੰਦੇ ਆਤਰ ਸੀਗੇ ਬਚਪਨ ਚ ਕਿੰਨੇ ਭਰਾ ਸੀ ਮਾਤਾ ਦੀ ਚੜਾਈ ਕਰ ਗਏ ਤਾ ਕਹਿੰਦੇ ਵੀ ਸਾਡੇ ਪਿਤਾ ਜੀ ਕੀਰਤਨ ਕਰਦੇ ਸੀ ਉਸਤਾਦ ਸੀ ਬੜੇ ਵੱਡੇ ਕਹਿੰਦੇ ਸਿਖਾਉਂਦੇ ਸੀ ਪਰ ਅਸੀਂ ਕਹਿੰਦੇ ਰੋਟੀ ਨਹੀਂ ਪਰ ਜੁੜਦੀ ਸੀ ਪਰ ਗੁਰੂ ਦਾ ਦਿੱਤਾ ਸਬਰ ਸਗਾ ਅੰਦਰ ਵੀ ਕੀਰਤਨ ਹੀਰਾ ਆ ਨਾ ਗੁਰੂ ਸਾਹਿਬ ਨੇ ਕਹਿਤਾ ਅਜੇ ਮ ਬਾਣੀ ਵੱਲ ਆਉਣਾ ਹੈ ਕਿ ਬਾਣੀ ਚ ਕੀ ਕਿਹਾ ਮਾਰਾ ਹੈ ਕਹਿੰਦੇ ਫਿਰ ਉਹ ਕਹਿੰਦੇ ਉਦੋਂ ਖੁੱਲਾ ਹੀ ਹੁੰਦਾ ਸੀ ਇਦਾਂ ਹੀ ਦਰਬਾਰ ਸਾਹਿਬ ਬਹੁਤ ਪ੍ਰਾਣੀਆਂ ਗੱਲਾਂ ਆ ਇਹ ਇਦਾਂ ਹੀ ਕਿਹਾ ਦਰਬਾਰ ਸਾਹਿਬ ਦੇ ਲੰਗਰ ਚ ਵੜ ਜਾਣਾ ਤਾਂ ਇੱਕ ਵਾਰ ਵੜ ਗਿਆਂ ਰੋਟੀ ਜੁੜਦੀ ਨਹੀਂ ਸੀ ਕਹਿੰਦੇ ਕਿੰਨੇ ਭਰਾ ਕਹਿੰਦੇ ਇਦਾਂ ਢਿੱਡ ਬਚਾਉਂਦੇ ਫਿਰਨਾ ਲਾਂਗ ਰੀ ਸਖਨੇ ਬਾਉਂ ਫੜ ਕੇ ਕਹਿੰਦੇ ਬਾਹਰ ਕਰਤਾ ਉਦੋਂ ਭ ਲੰਗਰ ਵੀ ਏਡੀ ਗੱਲਬਾਤ ਹੁਣ ਤਾਂ ਬਹੁਤ ਲੇਹਾਂ ਬੇਹਾਂ ਹੋਲੀ ਪਹਿਲਾਂ ਥੋੜੇ ਮਸਤਾਨੇ ਹੁੰਦੇ ਸੀ ਬਾਹੋਂ ਫੜ ਕੇ ਬਾਹਰ ਕਰਤਾ ਵੀ ਇਦਾਂ ਨਹੀਂ ਕਹਿੰਦੇ ਟਾਈਮ ਦੇ ਟਾਈਮ ਹੀ ਲੰਗਰ ਬੜਾ ਰੋਏ ਕਹਿੰਦੇ ਪਿਤਾ ਜੀ ਨੇ ਕਹਿੰਦੇ ਕਈ ਕਿ ਦਿਨਾਉਣਾ ਨਾ ਭੁੱਖੇ ਇਦਾਂ ਸੋਣਾ ਚਾਚੀਆਂ ਤਾਈਆਂ ਨੇ ਵੀ ਕਹਿੰਦੇ ਬਾਹੋਂ ਫੜ ਕੇ ਬਾਹਰ ਕਰ ਦੇਣਾ ਆਪਣੇ ਪੁੱਤਰਾਂ ਨੂੰ ਸਾਹਮਣੇ ਸਾਡੇ ਰੋਟੀ ਪਰੋਸ ਦੇਣੀ ਬੱਚਿਆਂ ਨੂੰ ਅਗਲੇ ਵੀ ਕਹਿੰਦੇ ਸੱਚੀ ਦੀ ਰੋਟੀ ਜੁੜਦੀ ਨਹੀਂ ਸਦੋਂ ਕਹਿੰਦੇ ਬੱਸ ਫੇ ਇਦਾਂ ਹੀ ਇੱਕ ਦਿਨ ਕੁਛ ਕਲਾ ਸੀਗੀ ਕੋਲ ਕਿਤੇ ਇੱਕ ਸ਼ਾਗਿਰਦ ਸੀ ਕਹਿੰਦੇ ਸਾਡੇ ਪਿਤਾ ਜੀ ਦੇ ਤਾਂ ਉਹਨਾਂ ਨੇ ਇੱਕ ਦਿਨ ਮੈਨੂੰ ਸ਼ਬਦ ਪੜਨ ਦਾ ਮੈਂ ਕਿਹਾ ਉਦੋਂ ਪਹਿਲਾਂ ਸੌਖਾ ਸੀਗਾ ਅੱਜ ਤਾਂ ਹਾਜ਼ਰੀ ਫਿਰ ਕਈ ਕਿਚੇਰ ਗੇੜੇ ਮਾਰਨੇ ਪੈਂਦੇ ਨੇ ਨਾ ਪਿੱਛੇ ਰਿਸ਼ਤੇਦਾਰੀਆਂ ਲੱਭਣੀਆਂ ਪੈਂਦੀਆਂ ਜਥੇਦਾਰਾਂ ਦੀਆਂ ਉਹਨਾਂ ਨੂੰ ਗਿਫਟ ਦੇਣੇ ਪੈਂਦੇ ਆ 50-5000 ਰੁਪਏ ਚੱਕੀ ਫਿਰਨਾ ਪੈਂਦਾ ਫੇ ਹਾਜ਼ਰੀ ਮਿਲਦੀ ਗੁਰੂ ਸਾਹਿਬ ਦੇ ਘਰ ਮੈਂ ਇਹ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਤੇ ਉਦੋਂ ਇਦਾਂ ਨਹੀਂ ਸੀ ਪ੍ਰੇਮ ਨਾਲ ਹਾਜ਼ਰੀ ਭਰ ਲੈਂਦਾ ਸੀ ਕੋਈ ਵੀ ਹਾਜ਼ਰੀ ਭਰੀ ਉਹੀ ਲਾਗਰੀ ਸਿੰਘ ਕਹਿੰਦੇ ਭੋਗ ਲਗਾਉਣ ਆਇਆ ਪ੍ਰਾਤਨ ਮਰਿਆਦਾ ਸੀ ਕਿ ਚੱਲਦੀ ਉਹਨੇ ਸੁਣਿਆ ਸ਼ਬਦ ਕਹਿੰਦੇ ਜਿੱਲੇ ਉਹ ਤਾਂ ਭੋਗ ਦਾ ਚੇਤਾ ਹੀ ਭੁੱਲ ਗਿਆ ਮੈਂ ਬੱਚਾ ਹੀ ਸੀ ਕਹਾਂ ਕਹਿੰਦੇ ਕਹਿੰਦੇ ਉਹ ਖੜਾਈ ਸਾਰਾ ਸ਼ਬਦ ਸੁਣ ਗਿਆ ਬਾਅਦ ਵਿੱਚ ਕਹਿੰਦੇ ਉਹ ਹੀ ਰਾਗੀ ਸਿੰਘ ਉਹ ਹੀ ਲਾਂਗਰੀ ਸਿੰਘ ਮੈਨੂੰ ਫਿਰ ਬਾਅਦ ਚ ਖੜਾ ਡੀਕਦਾ ਰਿਆ ਲੰਗਰ ਚ ਲੈ ਕੇ ਗਿਆ ਛੱਕ ਕਹਿੰਦਾ ਕਿੰਨੇ ਪ੍ਰਸ਼ਾਦ ਦੇ ਛਕਨੇ ਕਿਉ ਪਾਗ ਦਿੱਤਾ ਦਾਲ ਦੇ ਵਿੱਚ ਕਹਿੰਦਾ ਰੋ ਜਾ ਕੇ ਛਕਿਆ ਕਰ ਇੱਥੇ ਪ੍ਰਸ਼ਾਦਾ ਗੁਰੂ ਰਾਮਦਾਸ ਦੇ ਲੰਗਰ ਚੋਂ ਇੱਕ ਸ਼ਬਦ ਸੁਣਿਆ ਸੀ ਇਹ ਕੀਰਤਨ ਨੇ ਕਹਿੰਦੇ ਰੋਟੀ ਦਿੱਤੀ ਸਾਨੂੰ ਸਿੱਧੀ ਰੋਟੀ ਦਿੱਤੀ ਜਿਵੇਂ ਆਤਰ ਸੀਗੇ ਬਾਅਦ ਜੋ ਕਿਸੇ ਕਿਸੇ ਕਿੱਥੇ ਤੱਕ ਪਹੁੰਚੇ ਕਿਸੇ ਤੋਂ ਲੁਕਿਆ ਨੀਗਾ ਭਾਈ ਬਲਬੀਰ ਸਿੰਘ ਹੋਇਆ ਹੀ ਨਹੀਂ ਕੋਈ ਉੱਡਾ ਕੋਈ ਹੋਇਆ ਹੀ ਨਹੀਂ ਜੀ ਉਹ ਕਹਿੰਦੇ ਉਹ ਲਾਂਗਰੀ ਜਨੇ ਕਦੀ ਨਾ ਮੈਂ ਰੋਟੀ ਕਹਿੰਦੇ ਖਾ ਲਈ ਇੱਕ ਵਾਰੀ ਲੰਗਰ ਚੋਂ ਇਦਾਂ ਹੀ ਕੋਈ ਮੈਨੂੰ ਲੈ ਗਿਆ ਕਹਿੰਦੇ ਕਹਿੰਦੇ ਮੈਂ ਕਿਹਾ ਭਰਾਵਾਂ ਲਈ ਲੈ ਜਾਂਦਾ ਮੈਂ ਜੇਬ ਚ ਪਾ ਲਈ ਕਹਿੰਦੇ ਉਹ ਲਾਂਗਰੀ ਸਿਕਨੇ ਦੇਖ ਲਿਆ ਬਾਹਰ ਨਿਕਲ ਜਿਉ ਬਾਹੋਂ ਫੜ ਕੇ ਜੇਬ ਚ ਰੋਟੀਆਂ ਬਾਹਰ ਕਢ ਲੀਆਂ ਉਹਨੇ ਉਹ ਉਹ ਇੰਟਰਵਿਊ ਚ ਵੀ ਰੋਪਿਆ ਭਾਈ ਸਾਹਿਬ ਬਿਰਦਵਸਤਾ ਚ ਕਹਿੰਦੇ ਉਹਨੇ ਰੋਟੀਆਂ ਖੋਲੀਆਂ ਮੈਂ ਕਿਹਾ ਭਰਾ ਮੇਰੇ ਪੁੱਖੇ ਮੈਂ ਤਾਂ ਖਾ ਲਈ ਕਹਿੰਦੇ ਕੀਰਤਨ ਕਹਿੰਦੇ ਮੈਂ ਆਪਣੀ ਜੀਵਨੀ ਲਿਖਾਂ ਮੇਰਾ ਜੀ ਕਰਦਾ ਉਹਦਾ ਨਾਮ ਰੱਖਾਂ ਕੀਰਤਨ ਦੀ ਕਰਾਮਾਤ ਏ ਭਾਈ ਕੀਰਤਨ ਦੀਆਂ ਕਰਾਮਾਤਾਂ ਤੁਸੀਂ ਕਹਿੰਦੇ ਕੀਰਤਨ ਨੇ ਘਰ ਤੋੜਦਾ ਮੇਰਾ ਤੁਹਾਡੇ ਅੰਦਰੋਂ ਮੈਂ ਬਾਰ-ਬਾਰ ਕਰਿਆ ਸ਼ਬਦ ਕਿੱਦਾਂ ਨਿਕਲੇ ਜ਼ੁਬਾਨ ਤੋਂ ਜਿਹੜਾ ਕੀਰਤਨ ਕਰਦੇ ਰਹੇ ਸੀ ਤੁਸੀਂ ਡਰਾਮਾ ਕਰਦੇ ਨੇ ਨੱਚਰ ਬਾਜੀਆਂ ਤੇ ਬਹਿ ਕੇ ਮੈਂ ਸਖਤ ਮੈਂ ਬੜੇ ਸਤਿਕਾਰ ਨਾਲ ਗੱਲ ਕਰਨੀ ਚਾਹੁੰਦਾ ਮੇਰੇ ਅੰਦਰੋਂ ਪਰ ਮੈਨੂੰ ਗੁੱਸਾ ਆਇਆ ਯਾਰੋ ਯਾਰ ਦੇਖ ਕੇ ਉਹ ਵੀਡੀਓ ਪੋਡਕਾਸਟ ਮੈਂ ਦੇਖੀ ਨਹੀਂ ਹੋਵੇ ਪੂਰੀ ਮੈਨੂੰ ਇੰਨੀ ਗੱਲ ਤੇ ਹੀ ਮੈਂ ਕਿਹਾ ਯਾਰ ਜਵਾਬਤ ਮੈਂ ਬੜੇ ਦਿਨ ਸੋਚਿਆ ਰਿਆਂ ਮੈਨੂੰ ਮਨਾ ਵੀ ਕੀਤਾ ਮੇਰੀ ਵਾਈਫ ਨੇ ਕਹਿੰਦੇ ਨਾ ਮੈਂ ਕਿਹਾ ਨਹੀਂ ਇਹ ਵੀਡੀਓ ਬੜੀ ਜਦੋਜਾਤ ਦੇ ਬਾਅਦ ਚਾ ਮੈਂ ਹੁਣ ਬਣਾ ਹੀ ਬੈਠਾ ਤੁਸੀਂ ਦੇਖਿਆ ਮੇਰੇ ਅੰਦਰ ਕਿੰਨੀਆਂ ਗੱਲਾਂ ਸੀ ਅਜੇ ਬਹੁਤ ਆ ਇਹ ਸਾਰੀਆਂ ਕਰਨੀ ਪਉਣੀਆਂ ਇੱਕ ਅੱਧੀ ਗੱਲ ਹੋਰ ਕਰ ਲੈਣੀਆਂ ਉਹ ਫਿਰ ਭਾਈ ਬਲਵੀਰ ਸਿੰਘ ਕਹਿੰਦੇ ਕੀਰਤਨ ਨੇ ਸਾਨੂੰ ਲੱਖਾਂ ਕਰੋੜਾਂ ਚ ਕਰਤਾ ਭਾਈ ਨਿਰਮਲ ਸਿੰਘ ਉਹ ਵੀ ਕਹਿੰਦੇ ਰੋਲੇ ਖੁਲੇ ਸੀਗੇ ਇੰਟਰਵਿਊ ਸੁਣਾਉਣਾ ਦੀ ਨਾਲ ਇਹ ਉਹ ਹਸਤੀਆਂ ਨਾਲ ਇੰਟਰਵਿਊ ਹੋਈਆਂ ਹਨਾ ਭਾਈ ਨਿਰਮਲ ਸਿੰਘ ਪਦਮ ਸ਼੍ਰੀ ਪਦਮ ਸ਼੍ਰੀ ਤਾਂ ਨਹੀਂ ਹੋਰ ਰਾਗੀ ਸਿੰਘ ਨੂੰ ਮਿਲਿਆ ਕਿਸੇ ਨੂੰ ਹਾਲਾਂਕਿ ਦੁਨੀਆ ਦੇ ਭਾਈ ਨਿਰਮਲ ਸਿੰਘ ਖੁਦ ਕਹਿੰਦੇ ਆ ਕਿ ਦੁਨੀਆ ਦੇ ਸਨਮਾਨ ਇਹ ਦੁਨੀਆ ਲਈ ਬਹੁਤ ਵੱਡਾ ਆ ਧੰਨਵਾਦ ਆ ਕਹਿੰਦੇ ਪਰ ਗੁਰੂ ਰਾਮਦਾਸ ਦੇ ਚਰਨਾਂ ਚ ਜਿਹੜਾ ਨਜ਼ਾਰਾ ਆ ਜਿਹੜਾ ਸਨਮਾਨ ਇਹ ਆ ਸੰਗਤ ਦੇ ਚਰਨ ਧੂੜ ਉੱਥੇ ਸਭ ਪਦਮਸ਼ਰੀ ਫੇਲ ਆ ਉਹ ਤਾਂ ਜੋੜੇ ਗੁਰੂ ਘਰ ਦੇ ਜੋੜਿਆਂ ਚ ਕਹਿੰਦੇ ਕਰਾਮਾਤ ਆ ਪਰ ਫਿਰ ਵੀ ਦੁਨਿਆਵੀ ਤੌਰ ਤੇ ਇੱਕ ਸਨਮਾਨ ਕੀਰਤਨ ਨੇ ਦਵਾਇਆ ਨਾ ਤੁਸੀਂ ਕਹੀਏ ਨੇ ਇਹਦਾ ਮਤਲਬ ਇਹ ਹੋਇਆ ਸਿੱਟਾ ਤਾਂ ਇਹ ਹੋਇਆ ਤੁਸੀਂ ਆਪਣੀ ਕਮੀ ਕੀਰਤਨ ਤੇ ਪਾਤੀ ਮੈਂ ਆਪਣੀ ਕਮੀ ਹੈ ਮੇਰੇ ਵਿੱਚ ਜਿਹੜੀ ਖਾਮੀ ਆ ਊਣਤਾਈ ਆ ਉਹ ਕੀਰਤਨ ਦੇ ਸੋਢ ਦਿੱਤੀ ਤੇ ਕੀਰਤਨ ਵਾਲੇ ਪਾਸੇ ਕਮੀ ਸੀ ਕੀਰਤਨ ਨੇ ਮੇਰਾ ਤਲਾਕ ਕਰਾਤਾ ਤੁਸੀਂ ਆਪ ਕਿੰਨਿਆਂ ਦੇ ਘਰ ਜੋੜੇ ਹੋਣਗੇ ਇਸੇ ਕੀਰਤਨ ਨਾਲ ਆਵਾ ਕਰਵਾ ਕੇ ਤਾਂ ਭਰ ਤੁਹਾ ਤੁਸੀਂ ਇੱਕ ਵਾਰ ਵੀ ਤੁਹਾਡਾ ਦਿਲ ਨਹੀਂ ਕੰਬਿਆ ਜੀਵ ਨਹੀਂ ਕੰਬੀ ਇਹ ਕਹਿੰਦੇ ਆਂ ਦੀ ਵੀ ਕੀਰਤਨ ਨੇ ਤਲਾਕ ਕਰਤਾ ਖੁਦ ਰਾਗੀ ਸਿੰਘ ਹੋ ਕੇ ਫਿਰ ਤੁਸੀਂ ਉਹ ਪੇਸ਼ੇਵਰ ਸਗੇ ਨਾ ਕਮਰਸ਼ੀਅਲ ਕਹਿੰਦੇ ਹੁੰਦੇ ਕਈ ਰਾਗੀ ਸਾਡੇ ਅੱਜ ਕੱਲ ਦੇ ਕਮਰਸ਼ੀਅਲ ਕੀਰਤਨੀ ਆਏ ਸੀ ਉਹ ਹੋਏ ਨਾ ਫਿਰ ਤੁਸੀਂ ਚਲੋ ਉਹ ਵੀ ਚੰਗੇ ਆ ਵਿਚਾਰੇ ਕਿਹੜੇ ਕਰੀ ਜਾਂਦੇ ਚਲੋ ਮਾੜਾ ਤਾਂ ਨਹੀਂ ਕਹਿੰਦੇ ਤੁਸੀਂ ਤਾਂ ਹੱਦ ਕਰਤੀ ਭਾਈ ਸਾਹਿਬ ਮਹਾਰਾ ਨਹੀਂ ਹੀਰਾ ਕਹਤਾ ਮਹਾਰਾ ਤਾਂ ਕੁਛ ਨਹੀਂ ਹਣ ਮਾੜਾ ਜ ਉਹ ਕੀ ਕਹਿੰਦੇ ਆ ਕੀਰਤਨ ਨਿਰਮੋਲਕ ਹੀਰਾ ਹੀਰੇ ਦੀ ਤਾਂ ਇੱਥੇ ਕੋਈ ਨੂਰ ਦੀ ਕਹਿੰਦੇ ਕੀਮਤ ਕੋਈ ਨਹੀਂ ਦੇ ਸਕਦਾ ਪਰ ਮਹਾਰਾਜ ਨੇ ਕੀਰਤਨ ਨੂੰ ਨਿਰਮੋਲਕ ਹੀਰਾ ਕਿਹਾ ਕਹਿੰਦੇ ਹੀਰਾ ਆ ਕੀਮਤ ਕੋਈ ਨਹੀਂ ਦੇ ਸਕਦਾ ਆਨੰਦ ਗੁਣੀ ਦਾ ਹੀਰਾ ਆਨੰਦ ਅਵਸਥਾ ਪ੍ਰਾਪਤ ਹੋ ਜਾਂਦੀ ਮਹਾਰਾਜ ਨੇ ਸਾਡੀ ਬਾਰੇ ਕੀ ਕਿਹਾ ਕੀਰਤਨ ਕਰਨ ਵਾਲਿਆਂ ਦੇ ਬਾਰੇ ਮਹਾਰਾਜ ਜਿਨ੍ਹਾਂ ਸਾਡੀ ਕੋ ਕਰਮ ਕਰਤੂਤਾ ਹੈ ਨਹੀਂ ਕੋਈ ਜਿਸ ਨੂੰ ਬਖਸ਼ਿਸ਼ ਸਿਪਤ ਸਲਾ ਨਾਨਕ ਪਾਤਸ਼ਾਹੀ ਪਾਦਸ਼ਾਹ ਕਹਿੰਦੇ ਪਾਤਸ਼ਾਹ ਦਾ ਪਾਦਸ਼ਾਹ ਆ ਬਾਦਸ਼ਾਹ ਨਹੀਂ ਪਾਤਸ਼ਾਹ ਆ ਗਿਆ ਉੱਤੇ ਹੁੰਦਾ ਬਾਦਸ਼ਾਹ ਕਹੀ ਹੁੰਦੇ ਪਾਤਸ਼ਾਹ ਕੋਈ ਹੁੰਦਾ ਸੁਲਤਾਨ ਕਹਿੰਦੇ ਉਹ ਬਾਦਸ਼ਾਹੀ ਬਾਦਸ਼ਾਹਾਂ ਦਾ ਵੀ ਬਾਦਸ਼ਾਹਾ ਕੌਣ ਜਿਹਦੇ ਕੋ ਕਿਰਤਨ ਆ ਵਾ ਵਾ ਤੁਸੀਂ ਉਸ ਕਿਰਤਨ ਬਾਰੇ ਇਹ ਕਹਤਾ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਕਹਿੰਦੇ ਤੁਸੀਂ ਕਹਿੰਦੇ ਮੈਨੂੰ ਇੱਡਾ ਵੱਡਾ ਦੁੱਖ ਦੇਤਾ ਕਿਰਤਨ ਨੇ ਤੇ ਕਿਰਤਨ ਤਲਾਕ ਵੱਡਾ ਦੁੱਖ ਹੀ ਆ ਨਾ ਘਰ ਟੁੱਟ ਜਾਣਾ ਜਿਹਨਾਂ ਦਾ ਹੋ ਜਾਂਦਾ ਹੈ ਉਹਨਾਂ ਨੂੰ ਪਤਾ ਚਲੋ ਹਰ ਕਿਰਤਨ ਸੁਣਿਆ ਹੈ ਹਾਂ ਹਰ ਕਿਰਤਨ ਗਾਵੇ ਜਿਹੜਾ ਸੁਣੇ ਤੁਸੀਂ ਤਾਂ ਗਾਉਂਦੇ ਸੀ ਮਹਾਰਾਜ ਨੇ ਸੁਣਨ ਵਾਲਿਆਂ ਨੂੰ ਇੰਨਾ ਕਹਤਾ ਕਿ ਜਿਹੜਾ ਸੁਣੇ ਵੀ ਬਹਿ ਕੇ ਤਿਆਰਨ ਹਰ ਕਿਰਤਨ ਗਾਵੇ ਇਸੋ ਜਨ ਦੁੱਖ ਨੇੜੇ ਨਹੀਂ ਆਵੇ ਦੁੱਖ ਕਹਿੰਦੇ ਉਹਦੇ ਨੇੜੇ ਨਹੀਂ ਆਉਂਦਾ ਬੜੀਆਂ ਧਾਰਨਾ ਯਾਰ ਕੀਰਤਨ ਦੀਆਂ ਮਹਾਰਾ ਕਹਿੰਦੇ ਨਿਰਵਾਣ ਕੀਰਤਨ ਗਾਵੋ ਕਰਤੇਗਾ ਨਿਮਖ ਸਿਮਰਤ ਚ ਛੂਟਾ ਕਹਿੰਦੇ ਇੱਕ ਨਿਮਖ ਜਿਹਦਾ ਸਿਮਰਨ ਕੀਤੀਆਂ ਛੁੱਟ ਜਾਂਦਾ ਉਹਦਾ ਕੀਰਤਨ ਕਰ ਮਹਾਰਾ ਨੇ ਨਾ ਕੀਰਤਨ ਕਰਨੇ ਨੂੰ ਕਿਹਾ ਹਰ ਕੀਰਤ ਸਾਧ ਸੰਗਤ ਹੈ ਕਹਿੰਦੇ ਸੰਗਤ ਦੇ ਚ ਮਿਲ ਕੇ ਕੀਰਤਨ ਕਰਨਾ ਸਿਰ ਕਰਮਣ ਕੇ ਕਰਮਾ ਕਰਮਾ ਤੋਂ ਵੱਡਾ ਕਰਮਾ ਇਹਦੇ ਕਿਹੜਾ ਕਰਮ ਨਹੀਂ ਕੋਈ ਮਹਾਰਾ ਕਹਿੰਦੇ ਪਰ ਮਿਲਦਾ ਕਿਨੂੰ ਕੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਵ ਲਿਖੇ ਕਾ ਲੈਣਾ ਤੇ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਹ ਕਹਿੰਦੇ ਮੇਰਾ ਤਲਾਕਰਾਤਾ ਕੀਰਤਨ ਨੇ ਵਾ ਵਾ ਬਲਹਾਰੀਆਂ ਭਾਈ ਸਾਹਿਬ ਤੁਹਾਡੇ ਤੋਂ ਹੀ ਤੁਹਾਡੇ ਤੱਕ ਵੀਡੀਓ ਪਹੁੰਚੇ ਮੈਂ ਸੰਗਤ ਨੂੰ ਬੇਨਤੀ ਕਰਦਾ ਵਿਊ ਲਈ ਨਹੀਂ ਆਪਣੇ ਲਈ ਇਸ ਇੱਕ ਵੀਡੀਓ ਨੂੰ ਕਹਿੰਦਾ ਉਹਨਾਂ ਤੱਕ ਕਿਸੇ ਤਰ੍ਹਾਂ ਪਹੁੰਚਾ ਦਿਓ ਵੀ ਤੁਸੀਂ ਤੁਹਾਨੂੰ ਚਾਹੀਦਾ ਤਾਂ ਸੰਗਤ ਤੋਂ ਇਸ ਗੱਲ ਦੀ ਮਾਫੀ ਮੰਗਣੀ ਆ ਪਰ ਲੱਗਦਾ ਤੁਸੀਂ ਮੰਗੋਗੇ ਨਹੀਂ ਜਿੱਦਾਂ ਤੁਸੀਂ ਟੀਚਰ ਕਰ ਰਹੇ ਸੀ ਕੀਰਤਨ ਦੇ ਬਾਰੇ ਕੁਝ ਵੀ ਆ ਤੁਸੀਂ ਕਹੋ ਹਾਸੇ ਚ ਕਹੀ ਜਿੱਦਾਂ ਮਰਜ਼ੀ ਕਹੀ ਯਾਰ ਬਣਦਾ ਹੀ ਨਹੀਂ ਕਹਿਣਾ ਯਾਰ ਗੁਰੂ ਸਾਹਿਬ ਕੀਰਤਨ ਨੂੰ ਇਦਾਂ ਉੱਚਾ ਦੇ ਰ ਅੱਛਾ ਜਿਲੇ ਅਖੀਰਲੀ ਧਾਰਨ ਭਾਈ ਸੱਤਾ ਜੀ ਬਲਵੰਡਾ ਜੀ ਗੁਰੂ ਕਰਨਾ ਨਰਾਜ ਹੋ ਗਏ ਗੁਰੂ ਸਾਹਿਬ ਉਹਨਾਂ ਨੂੰ ਮੋੜਨ ਉਹ ਜਦੋਂ ਆਏ ਨਹੀਂ ਨਾ ਕੀਰਤਨ ਕਰਨ ਸਵੇਰ ਦੇ ਵੇਲੇ ਅੰਮ੍ਰਿਤ ਵੇਲਾ ਹੋ ਗਿਆ ਦਰਬਾਰ ਸਜਿਆ ਉਹ ਆਏ ਨਹੀਂ ਸਾਖੀ ਨੇ ਮੈਂ ਕਹਿਣੀ ਸਾਰੇ ਨੂੰ ਪਤਾ ਫਿਰ ਸਿੱਖਾਂ ਨੂੰ ਭੇਜਿਆ ਤੇ ਉਹ ਕਹਿੰਦੇ ਉਹ ਉਹ ਵੀ ਗੁੱਸੇ ਵਿੱਚ ਸੀਗੇ ਉਹ ਕਹਿੰਦੇ ਨਹੀਂ ਅਸੀਂ ਨਹੀਂ ਆਉਂਦੇ ਉਹਨਾਂ ਨੂੰ ਵੀ ਥੋੜਾ ਹੰਕਾਰ ਹੋ ਗਿਆ ਸੀ ਮਹਾਰਾਜ ਨੇ ਕੁਝ ਦਿਖਾਉਣਾ ਸੀ ਉਹ ਕਹਿੰਦੇ ਜਾਓ ਆਪੇ ਹੀ ਕਰ ਲਓ ਕੀਰਤਨ ਅਸੀਂ ਨਹੀਂ ਆਉਂਦੇ ਉਹਨਾਂ ਨੇ ਆ ਕੇ ਦੱਸਤਾ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਇਤਿਹਾਸ ਕਹਿੰਦਾ ਨੰਗੇ ਚਰਨ ਆਪ ਗਏ ਲਾਗੇ ਰਹਿਸ਼ਾ ਹੁੰਦੀਆਂ ਸੀ ਉਹ ਤੋਂ ਦਰਬਾਰ ਲਈ ਪੇਸ਼ਰ ਤਾਂ ਇਦਾਂ ਹੁਣ ਰੂਪ ਹੋਰ ਆ। ਅੰਮ੍ਰਿਤਸਰ ਸਾਰਾ ਅੱਜ ਦੇਖ ਲੈਈ ਦਰਬਾਰ ਸਾਹਿਬ ਤਾਂ ਹੁਣ ਤੱਕ ਕਹਿੰਦੇ ਇਸ ਪਿਛਲੀ ਸਦੀ ਵਿੱਚ ਹੀ ਉਹ ਸਾਰਾ ਬਣਿਆ ਆ ਕਹਿੰਦੇ گاਵਾ ਮੱਜਾਂ ਇਦਾਂ ਹੀ ਸਰੋਵਰ ਤੱਕ ਆ ਜਾਂਦੀਆਂ ਹੁੰਦੀਆਂ ਸੀਗੀਆਂ ਖੁੱਲ੍ਹੀ ਸੀ ਸਾਰਾ। ਤਾਂ ਉਹ ਨਾਲ ਨਾਲ ਰਾਗੀ ਸਿੰਘ ਸਾਰੇ ਨੇੜੇ ਰਹਿੰਦੇ ਸੀਗੇ। ਗੁਰੂ ਸਾਹਿਬ ਆਪ ਉਹਨਾਂ ਦੇ ਦਰਵਾਜ਼ੇ ਤੇ ਜਾ ਕੇ ਉਹਨਾਂ ਨੂੰ ਆਵਾਜ਼ ਮਾਰਦੇ ਕਿ ਭਾਈ ਸਖੋ ਰਬਾਬੀਓ ਆਓ ਸੰਗਤ ਇੰਤਜ਼ਾਰ ਕਰਦੀ ਦਰਬਾਰ ਵਿੱਚ ਕੀਰਤਨ ਸੁਣਾਓ। ਗੁਰੂ ਅਰਜਨ ਦੇਵ ਜੀ ਕਾਦੇ ਵਾਸਤੇ ਗਏ ਉਹ ਕਿਸੇ ਬੰਦੇ ਵਾਸਤੇ ਨਹੀਂ ਗਏ। ਕਹਿੰਦੇ ਉਹਨਾਂ ਨੇ ਮਹਾਰਾਜ ਨੂੰ ਬੋਲੇ ਵੀ ਕੁਝ ਉੱਚੇ ਬੋਲ ਵੀ ਬੋਲੇ ਉਹਨਾਂ ਨੇ ਕਿ ਮਹਾਰਾਜ ਸੁਣਦੇ ਰਹੇ ਕਹਿੰਦੇ ਫਿਰ ਵੀ ਬੇਨਤੀ ਮਹਾਰਾਜ ਨੇ ਕੀਤੀ ਉਹਨਾਂ ਨੂੰ ਕਹਿੰਦੇ ਤੁਸੀਂ ਕੀਰਤਨ ਸੁਣਾਓ ਕਿਉਂਕਿ ਨਿਮਰਤਾ ਦੇ ਪੁੰਜਾ ਮਹਾਰਾਜ ਜਿੱਲੇ ਨਹੀਂ ਤਾਂ ਕੀਰਤਨ ਦੇ ਕਰਕੇ ਮਹਾਰਾਜ ਬੇਨਤੀਆਂ ਕਰ ਰਹੇ ਸੀ ਕੀਰਤਨ ਦੇ ਕਰਕੇ ਕਿਉਂਕਿ ਗੁਰੂ ਕੀਰਤਨ ਮੈਂ ਤਾਂ ਕਹਾਂ ਕਿ ਗੁਰੂ ਦੀ ਮਹਾਂਪੁਰਖਾਂ ਦੀ ਕਮਜ਼ੋਰੀ ਆ ਕੀਰਤਨ ਉਹ ਕੀਰਤਨ ਕੇ ਹਾਰ ਜਾਂਦੇ ਆ ਪ੍ਰੇਮ ਨਾਲ ਕੀਰਤਨ ਕਰੋ ਵੱਡੇ ਤੋਂ ਵੱਡਾ ਗੁਨਾਹ ਮਾਫ ਕਰ ਦਿੰਦਾ ਅਖੀਰ ਉਹਨਾਂ ਨੇ ਗੁਰਨਾਨਕ ਸਾਹਿਬ ਮਹਾਰਾਜ ਬਾਰੇ ਚਲੋ ਫਿੱਕੇ ਬੋਲ ਬੋਲਤੇ ਸੀ ਫਿਰ ਮਹਾਰਾਜ ਸਾਹਿਬ ਉਹ ਕਹਿੰਦੇ ਮੇਰਾ ਹੀਰ ਦਾ ਦੁਖਿਆ ਤੁਸੀਂ ਮੈਨੂੰ ਜੋ ਮਰਜੀ ਕਹਿੰਦੇ ਆਦ ਗੁਰੂ ਜੀ ਬਾਰੇ ਇਹ ਬਚਨ ਨਹੀਂ ਸੀ ਕਹਿੰਦੇ ਕਹਣੇ ਮਹਾਰਾਜ ਨੇ ਕਿਹਾ ਸੀ ਤੁਸੀਂ ਪਿੱਟ ਗਏ ਆ ਫਿਰ ਸਰੀਰ ਪਿੱਟ ਗਏ ਸੀ ਤੁਸੀਂ ਜਾਣਦੇ ਆ ਕੋੜ ਉੱਤਰ ਆਇਆ ਸੀ ਕੀਰਤਨ ਦੇ ਪਿੱਛੇ ਗੁਰੂ ਸਾਹਿਬ ਨੰਗੇ ਚਰਨ ਗਏ ਦਾ ਆਸਾ ਜੀ ਦੀ ਵਾਰ ਦਾ ਉਹ ਇਲਾਹੀ ਕੀਰਤਨ ਬੜੀ ਆਸਾ ਜੀ ਵਾਰ ਦੁਨੀਆ ਤੇ ਰੋਜ਼ ਅਨੇਕਾਂ ਥਾਂ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਇਲਾਹੀ ਇੱਕ ਸ੍ਰੀ ਆਸਾ ਜੀ ਵਾਰ ਐਸੀ ਆ ਇਤਿਹਾਸ ਦੇ ਵਿੱਚ ਕਦੀ ਨਹੀਂ ਬੋਲ ਸਕਦਾ ਤੇ ਆ ਉਹ ਹੀ ਅਨੰਦਪੁਰ ਸਾਹਿਬ ਛੱਡਣੇ ਵਾਲੀ ਉਹ ਰਾਤ ਉਹ ਤੜਕਾ ਸਰਸਾ ਦੇ ਕੰਡੇ ਜਿਹੜੇ ਪਿੱਛੇ ਵੈਰੀ ਦਰਿਆ ਵੈਰੀ ਦਾ ਸ਼ੂਕ ਦਾ ਹੈ ਜਾਨ ਦੇ ਵੈਰੀ ਮੋਰੇ ਸਰਸਾ ਚੜੀ ਹੋਆ ਤੇ ਹਰ ਪਾਸੇ ਹਹਾਕਾਰ ਮਚੀ ਉੱਥੇ ਬਹਿ ਕੇ ਸੱਚੇ ਪਾਤਸ਼ਾਹ ਨੇ ਕੀਰਤਨ ਜਿਹੜਾ ਕੀਤਾ ਅਸਜ ਦੀਵਾਰ ਦਾ ਉਹ ਕਿੰਨੀ ਕੀਮਤੀ ਉਹ ਵਸਤੂ ਹੋਊਗੀ ਦਰਲਾ ਜੀ ਨੇ ਉਹ ਗੁਰੂ ਸਾਹਿਬ ਕਹਿੰਦੇ ਸੀਨੇ ਨਾਲ ਲਾ ਕੇ ਰੱਖੋ ਇਹ ਕੀਰਤਨ ਦਾ ਭਾਈ ਅਮੋਲਕ ਦਾਤ ਆ ਬਾਰ-ਬਾਰ ਗੁਰਸੇ ਪੁਕਾਰ ਕੇ ਕਹਿਣਦਾ ਆ ਮਹਾਰਾਜ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ ਹੁਣ ਮੈਂ ਖੀਰਤੀ ਬਸ ਆਖਰੀ ਗੱਲ ਕੀਰਤਨ ਸੁਣਾਵੇ ਜਿਹੜਾ ਇੱਕ ਤਾਂ ਦੁਨਿਆਵੀ ਨੂੰ ਭਰਾ ਭੈਣ ਭਰਾ ਨਹੀਂ ਮੰਨਦੇ ਕਹਿੰਦੇ ਮੇਰੇ ਹਰਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਜਿਹੜਾ ਕੀਰਤਨ ਸੁਣਾਵੇ ਉਹ ਆ ਕਹਿੰਦੇ ਮੇਰਾ ਭਰਾ ਤੇ ਇੱਕ ਉਦਾਹਰਨ ਜਿਹੜੀ ਆਹ ਉਹ ਤਾਂ ਕਮਾਲ ਹੀ ਹੈ ਤਾ ਉਹ ਸਾਹਿਬ ਕੀ ਬਾਤ ਜੇ ਆਖਿਆ ਕਹਿੰਦੇ ਜਿਹੜਾ ਉਹਦੀ ਗੱਲ ਸੁਣਾਵੇ ਉਸ ਮਾਲਕ ਦੀ ਕੋ ਨਾਨਕ ਕਿਆ ਦੀਜਾਏ ਇਹ ਮੋਰੀ ਰੁਣਚਣ ਲਾਇਆ ਭੈਣੇ ਸਾ ਬਣਾਇਆ ਸ਼ਬਦ ਦੀਆਂ ਪੰਕਤੀਆਂ ਸਮਾਪਤੀ ਵਾਲੀ ਮਹਾਰਾਜ ਕਹਿੰਦੇ ਕੀ ਦਈਏ ਉਹਨੂੰ ਭਾਈ ਕੀ ਸੇਵਾ ਉਹਦੀ ਕਰੀਏ ਜਿਹੜਾ ਕੀਰਤਨ ਸੁਣਾਵੇ ਉਹਦੀ ਸਿਰਫ ਸੁਣਾਵੇ ਮਹਾਰਾਜ ਉਹੋ ਹੋ ਇਹ ਤੋਂ ਪਰੇ ਕੀ ਹੈ ਦੇਖੋ ਗੁਰੂ ਸਾਹਿਬ ਕੋਈ ਗੱਲ ਫੋਕੀ ਨਹੀਂ ਕਹਿੰਦੇ ਉਹ ਜੋ ਕਹਿੰਦੇ ਅੰਦਰੋਂ ਕਹਿੰਦੇ ਆ ਜੇ ਕਹਿੰਦੇ ਨੇ ਵਿੱਚ ਅਗਨੀ ਆਪ ਜਲਾਈ ਤਾਂ ਮਹਾਰਾਜ ਤਤੀ ਤਵੀ ਤੇ ਸੁਭਾਈਮਨ ਹੋ ਕੇ ਦਿਖਾਇਆ ਉਹਨਾਂ ਮਹਾਰਾਜ ਨੇ ਕਿਹਾ ਤਾਂ ਕੀਰਤਨੀ ਨੂੰ ਕੀ ਦਮਾ ਕਹਿੰਦੇ ਸੀਸ ਵੱਡੇ ਕਰ ਬੈਸਣ ਦੀਜੈ ਕਹਿੰਦੇ ਉਹਨੂੰ ਆਪਣਾ ਸਿਰ ਵੱਡ ਕੇ ਬੈਠਣ ਵਾਸਤੇ ਉਹਨੂੰ ਦਮਾ ਜ ਮੈਂ ਬੈਠਾ ਨਾ ਕੁਰਸੀ ਤੇ ਮੂੜੇ ਹੁੰਦੇ ਸੀਗੇ ਪਹਿਲਾਂ ਬੈਠਣ ਨੂੰ ਜਿੱਦਾਂ ਮਹਾਰਾਜ ਕਹਿੰਦੇ ਉਹਨੂੰ ਸਿਰ ਬੈ ਆਪਣਾ ਵੱਡ ਕੇ ਪ ਕਿਹੜਾ ਜਿਹੜਾ ਸਿਫਤ ਸੁਣਾਵੇ ਕੀਰਤ ਸੁਣਾਵੇ ਜਿਹੜਾ ਕੰਮ ਜਿਹੜੇ ਕਿਰਤ ਲਾਇਆ ਸਾਨੂੰ ਗੁਰੂ ਸਾਹਿਬ ਨੇ ਤੇ ਤੁਸੀਂ ਕਹਿੰਦਾ ਵੀ ਤਲਾਕ ਮਾਰਾ ਕਹਿੰਦੇ ਸੀਸ ਵੱਡੇ ਕਰ ਬੈਸਣ ਦੀਜੇ ਫਿਰ ਕਹਿੰਦੇ ਵਿਣਸ ਤੇ ਸੇਵ ਕਰੀ ਜਾ ਕਹਿੰਦੇ ਉਹਦੀ ਸੇਵਾ ਬਿਨਾਂ ਹੀ ਸਿਰ ਦੇਖਰਾ ਇਦਾਂ ਹੀ ਤੋੜਾ ਫਿਰਾਂ ਇਹ ਬਚਨ ਗੁਰੂ ਸਾਹਿਬ ਕਹਿੰਦੇ ਕੀਰਤਨ ਬਾਰੇ ਤੇ ਸਾਡੀ ਹਕਲ ਗੁੰਮ ਹੋ ਗਈ ਕਲਯੁਗ ਨੇ ਸਾਡੀ ਅੰਨੇ ਕਰ ਦਿੱਤਾ ਸਾਨੂੰ ਮਾਇਆ ਨੇ ਪਤਾ ਨਹੀਂ ਕਾਦੀ ਕੀ ਮਜਬੂਰੀ ਹੋ ਗਈ ਮਹਾਰਾਜ ਦੇ ਕੀਰਤਨ ਬਾਰੇ ਅਸੀਂ ਇਦਦੇ ਭੱਦੇ ਸ਼ਬਦ ਵਰਤਣ ਲੱਗ ਪਏ ਆਪਣਾ ਮਜ਼ਾਕ ਬਣਾਉਣ ਲਾਪੇ ਕੀਰਤਨ ਦਾ ਮਜ਼ਾਕ ਬਣਾਉਣ ਲਾਪੇ ਰੋਕਾਂ ਨੂੰ ਇਹ ਸੰਦੇਸ਼ ਦੇਣ ਲਾਪੈ ਭਾਈ ਕੀਰਤਨ ਵਾਲਨਾ ਕੀ ਉਹਨਾਂ ਤੇ ਅਸਰ ਪਊ ਜਿਨ੍ਹਾਂ ਨੇ ਸੋਚਿਆ ਹੋਊਗਾ ਕੀਰਤਨ ਇਹ ਤਾਂ ਅੱਗੇ ਨਹੀਂ ਲੱਭਣਦਾ ਪ੍ਰੇਮ ਨਾ ਕਰਨ ਵਾਲੇ ਕੀ ਉਹਨਾਂ ਤੇ ਅਸਰ ਪਊ ਜਿਹੜੇ ਸੋਚੀ ਬੈਠੇ ਸੀ ਬੱਚਿਆਂ ਨੂੰ ਕੀਰਤਨ ਸਿਖਾਉਣਾ ਮੈਂ ਕਹਿੰਦਾ ਕਈਆਂ ਨੇ ਤਾਂ ਹਟਾ ਲਏ ਹੋਣਗੇ ਬੱਚੇ ਤੁਹਾਡੀ ਇੰਟਰਵਿਊ ਸੁਣ ਕੇ ਨਾ ਕਰੋ ਇਹ ਕੰਮ ਜੇ ਵੀ ਭਾਈ ਸਾਹਿਬ ਵੇਲਾ ਸੰਗਤ ਤੋਂ ਮਾਫੀ ਮੰਗ ਲੋ ਇਸ ਗੱਲ ਦੀ ਚੰਗਾ ਹੋਏ ਤੇ ਇਹੀ ਆ ਨਾ ਤੇ ਦੁੱਖ ਲੱਗਾ ਸੀ ਬਾਕੀ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਸੁਣੀ ਕਮੈਂਟ ਤੁਹਾਡੇ ਕੀਮਤੀ ਹੋਣਗੇ ਜਿਹਨੂੰ ਨਾ ਚੰਗਾ ਲੱਗੇ ਉਹ ਭੱਦੇ ਕਮੈਂਟ ਨਾ ਕਰਿਆ ਕਰੋ ਹਾਲਾਂਕਿ ਤੁਸੀਂ ਹਟਣਾ ਤਾਂ ਨਹੀਂ ਵਿਚਾਰ ਆਪਣਾ ਸਵਿਰਧਤਾ ਨਾਲ ਰੱਖਿਆ ਜਾ ਸਕਦਾ ਵਿਚਾਰਾਂ ਦੀ ਸੁਤੰਤਰਤਾ ਹਰ ਕੋਈ ਆ ਵੱਖਰੇ ਵਿਚਾਰ ਰੱਖਦਾ ਤਾਂ ਆਪਾਂ ਆਪਣੇ ਮਾਪਿਆਂ ਤੇ ਆਪਣੀ ਕੁੱਲ ਤੇ ਸਵਾਲ ਉਠਾ ਦਿੰਨੇ ਆ ਭੱਦੇ ਕਮੈਂਟ ਕਰਕੇ ਹਨ ਬਾਅਦ ਵਿੱਚ ਸਾਨੂੰ ਵੀ ਕਰਨੇ ਪੈਂਦੇ ਮਜਬੂਰੀ ਵਸ ਮੈਂ ਕਿਹਾ ਸੀ ਏਡੇ ਸਹਿਨਸ਼ੀਲ ਆਪਾਂ ਹੈ ਨਹੀਂ ਠੀਕ ਆ ਸੋ ਨਾ ਕਰਿਆ ਕਰੋ ਪਹਿਲ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਕੀਰਤਨ ਦੀ ਦਾਤ ਵੀ ਬਖਸ਼ਣ ਚੜ੍ਹਦੀ ਕਲਾ ਵੀ ਦੇਣ ਤਾਂ ਸਾਨੂੰ ਕੀਰਤਨ ਦਾ ਸਤਿਕਾਰ ਕਰਨਾ ਆਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ